ਤੁਸੀਂ ਵੇਖ ਰਹੇ ਹੋ ਜਸ ਪੰਜਾਬੀ, ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਨੌਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਦਰਸ਼ਕਾਂ ਨੂੰ ਮੇਰੀ ਤਰਫੋਂ ਪਿਆਰ ਅਤੇ ਅਦਬ ਦੇ ਨਾਲ ਸਤਿ ਸ੍ਰੀ ਅਕਾਲ। ਲੈ ਕੇ ਹਾਜ਼ਰ ਹਾਂ ਜੀ ਜਸ ਐਕਸਕਲੂਸਿਵ, ਔਰ ਇਸ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਤੁਹਾਨੂੰ ਅੱਜ ਮਿਲਵਾਵਾਂਗੇ ਉਸ ਸ਼ਖਸੀਅਤ ਦੇ ਨਾਲ ਜਿਨ੍ਹਾਂ ਨੇ ਆਪਣੀ ਕਈ ਸਾਰੀ ਸੇਵਾਵਾਂ ਦੇ ਸਦਕੇ ਆਲ ਓਵਰ ਵਰਲਡ ਦੇ ਵਿੱਚ ਆਪਣੀ ਪਹਿਚਾਣ ਬਣਾਈ ਹੈ, ਔਰ ਉਹਨਾਂ ਸਰਵਿਸਿਜ਼ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ, ਕਿਉਂਕਿ ਸਰਵਿਸਿਜ਼ ਜਦ ਮੈਡੀਕਲ ਨਾਲ ਜੁੜੀਆਂ ਹੁੰਦੀਆਂ ਹਨ ਤਾਂ ਹਮੇਸ਼ਾ ਉਹ ਕਿਸੇ ਦੇ ਲਈ ਫਾਇਦੇਮੰਦ ਹੀ ਹੁੰਦੀਆਂ ਹਨ, ਔਰ ਉਸ ਫਾਇਦੇ ਨੂੰ ਅੱਗੇ ਰੱਖਦੇ ਹੋਏ ਕਈ ਸਾਰੇ ਰਿਕਗਨੀਸ਼ਨਸ, ਕਈ ਸਾਰੇ ਅਵਾਰਡਸ ਵੀ ਉਹਨਾਂ ਨੇ ਵਿਸ਼ਵ ਪੱਧਰ ਦੇ ਵਿੱਚ ਜਿੱਤੇ। ਔਰ ਜਸ ਬ੍ਰੋਡਕਾਸਟਿੰਗ ਦੀ ਵੀ ਮੁਹਿੰਮ ਹੁੰਦੀ ਹੈ ਕਿ ਇਸ ਮੰਚ ਦੇ ਉੱਤੇ ਉਹਨਾਂ ਸਾਰੀ ਸ਼ਖਸੀਅਤਾਂ ਨਾਲ ਤੁਹਾਨੂੰ ਮੁਖਾਤਿਬ ਕਰਾਈਏ ਜਿਨ੍ਹਾਂ ਨੇ ਆਪਣੀ ਅਹਿਮ ਭੂਮਿਕਾ ਆਪਣੀ ਫੀਲਡ ਦੇ ਅੰਦਰ ਨਿਭਾਈ ਹੈ, ਔਰ ਉਸ ਭੂਮਿਕਾ ਨੂੰ ਸਮਝਦੇ ਹੋਏ ਆਪਣਾ ਅਹਿਮ ਯੋਗਦਾਨ ਵੀ ਪਾਇਆ। ਔਰ ਜਦ ਮੈਂ ਗੱਲ ਮੈਡੀਕਲ ਫੀਲਡ ਦੀ ਕਰਦਾ ਤਾਂ ਵੱਖ ਵੱਖ ਅਦਾਇਰੇ ਸਾਹਮਣੇ ਆਉਂਦੇ ਹਨ ਜਦ ਅਸੀਂ ਤੁਹਾਨੂੰ ਉਹਨਾਂ ਨਾਲ ਮਿਲਵਾਉਂਦੇ ਹਾਂ, ਲੇਕਿਨ ਇੱਕ ਅਦਾਇਰਾ ਹੈਗਾ ਔਰ ਇੱਕ ਸ਼ਖਸੀਅਤ ਹੈਗੀ ਹੈ ਜਿਹਨੇ ਵਿਸ਼ਵ ਭਰ ਦੇ ਵਿੱਚ ਆਪਣੀ ਪਹਿਚਾਣ ਉਸ ਮਾਸਟਰੀ ਦੇ ਵਿੱਚ ਕੀਤੀ ਹੈ ਜਿਹਦੇ ਵਿੱਚ ਹਰ ਕੋਈ ਹੀ ਨਹੀਂ ਕਰ ਪਾਉਂਦਾ। ਜਦ ਮੈਂ ਗੱਲ ਇਸ ਨਾੜੀ ਵਿਗਿਆਨ ਦੀ ਕਰਦਾ ਤਾਂ ਉਹਦੇ ਵਿੱਚ ਉਹਨਾਂ ਨੇ ਆਪਣਾ ਅਹਿਮ ਯੋਗਦਾਨ ਪਾਇਆ। ਮੈਡੀਕਲ ਸਾਇੰਸ ਦੇ ਵਿੱਚ ਇੰਡੀਆ ਦੇ ਵਿੱਚ ਉਹਨਾਂ ਦੀ ਪੜ੍ਹਾਈ ਹੋਈ, PhD ਉਹਨਾਂ ਨੇ ਕੀਤੀ। PhD ਤੋਂ ਬਾਅਦ ਉਹਨਾਂ ਦਾ ਸਿਰਫ ਮਨ ਸੀਗਾ ਕਿ ਮੈਂ ਹਿਊਮੈਨਿਟੀ ਲਈ, ਯਾਨੀ ਕਿ ਇਨਸਾਨੀਅਤ ਲਈ ਕੰਮ ਕਰ ਸਕਾਂ ਔਰ ਲੋਕਾਂ ਦੀ ਸੇਵਾ ਕਰ ਸਕਾਂ। ਅੱਜ ਉਹ ਸੇਵਾ ਵਿਸ਼ਵ ਭਰ ਦੇ ਵਿੱਚ ਰਿਕਗਨੀਸ਼ਨ ਹੋ ਰਹੀ ਹੈ, ਉਹਦੀ ਪਹਿਚਾਣ ਬਣ ਰਹੀ ਹੈ। ਅਸੀਂ ਤੁਹਾਨੂੰ ਉਹਨਾਂ ਸ਼ਖਸੀਅਤਾਂ ਨਾਲ ਮੁਖਾਤਿਬ ਕਰਾਉਂਦੇ ਹਾਂ ਜੋ ਕਿ ਇਸ ਪਲੇਟਫਾਰਮ ਦੇ ਉੱਤੇ ਆ ਕੇ ਤੁਹਾਨੂੰ ਆਪਣੇ ਟੈਲੈਂਟ ਬਾਰੇ ਦੱਸਦੇ ਹਨ, ਆਪਣੀ ਕ੍ਰੀਏਟੀਵਿਟੀ ਬਾਰੇ ਦੱਸਦੇ ਹਨ। ਲੇਕਿਨ ਅੱਜ ਮੈਂ ਉਸ ਸ਼ਖਸੀਅਤ ਨਾਲ ਤੁਹਾਨੂੰ ਮੁਖਾਤਿਬ ਕਰਾ ਰਿਹਾ ਜਿਹਨੇ ਨਾੜੀ ਵਿਗਿਆਨ ਦੇ ਵਿੱਚ ਮਾਸਟਰੀ ਕੀਤੀ ਔਰ ਉਹਨੂੰ ਵਿਸ਼ਵ ਭਾਰਤ ਦੇ ਵਿੱਚ ਲੈ ਕੇ ਗਏ, ਔਰ ਅਸੀਂ ਹਮੇਸ਼ਾ ਤੁਹਾਨੂੰ ਉਹਨਾਂ ਦਾ ਸ਼ੋਅ ਜਿਹੜਾ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਹਾਂ। ਅੱਜ ਉਹ USA ਆਏ ਹੋਏ ਹਨ ਔਰ USA ਦੇ ਵਿੱਚ ਖਾਸ ਤੌਰ ਦੇ ਉੱਤੇ ਨਿਊਯਾਰਕ ਆਏ ਹੋਏ ਹਨ, ਔਰ ਨਿਊਯਾਰਕ ਸਟੂਡੀਓ ਦੇ ਵਿੱਚ ਅਸੀਂ ਬਹਿ ਕੇ ਅੱਜ ਉਹਨਾਂ ਨਾਲ ਰਾਬਤਾ ਕਾਇਮ ਕਰਾਂਗੇ। ਜ਼ਿਆਦਾ ਤੁਹਾਡਾ ਸਮਾਂ ਨਾ ਲੈਂਦਾ ਹੋਇਆ ਮੈਂ ਤੁਹਾਨੂੰ ਮੁਖਾਤਿਬ ਕਰਾਉਣਾ ਚਾਹੁੰਦਾ ਡਾਕਟਰ ਨਵਦੀਪ ਸ਼ਰਮਾ ਜੀ ਹੋਰਾਂ ਨਾਲ। ਮੈਂ ਉਹਨਾਂ ਦਾ GIN ਕਰਦਾ ਨਿੱਘਾ ਸਵਾਗਤ ਕਰਦਾ ਡਾਕਟਰ ਸਾਹਿਬ ਸਾਡੇ ਇਸ ਖਾਸ ਪੇਸ਼ਕਸ਼ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਨਵਦੀਪ ਸ਼ਰਮਾ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਕਿਵੇਂ ਲੱਗ ਰਿਹਾ USA ਆ ਕੇ? ਹਾਊ ਯੂ ਫੀਲਿੰਗ ਇਟ? ਦੇਖੋ ਜੀ, ਬਹੁਤ ਆਪਣਾ ਆਪਣਾ ਲੱਗ ਰਿਹਾ ਵਾ, ਔਰ ਮੈਂ ਜਸ ਦਾ ਬੜਾ ਧੰਨਵਾਦੀ ਹਾਂ। ਮੈਂ ਸ਼ੁਰੂਆਤ ਆਪਣੇ ਐਤਕੀ ਦੇ ਸਫ਼ਰ ਦੀ ਗੁਰਦੁਆਰਾ ਸਾਹਿਬ ਤੋਂ ਕੀਤੀ, ਅਤੇ ਉੱਥੇ ਹੀ ਮੈਨੂੰ ਦਸ ਦੇ ਕਾਫ਼ੀ ਜਸ TV ਦੇ ਕਾਫ਼ੀ ਦਰਸ਼ਕ ਮਿਲੇ ਔਰ ਬੜਾ ਹੀ ਨਿੱਘਾ ਪਿਆਰ ਮਿਲਿਆ, ਬੜਾ ਅੱਛਾ ਲੱਗ ਰਿਹਾ ਆ ਕੇ ਜੀ। ਅਤੇ ਅਸੀਂ ਰੋਜ਼ਾਨਾ ਤੁਹਾਡੀ ਖਿਦਮਤ ਦੇ ਵਿੱਚ ਇਹਨਾਂ ਦਾ ਸ਼ੋਅ ਲੈ ਕੇ ਆਉਂਦੇ ਹਾਂ ਜੋ ਕਿ ਤੁਹਾਨੂੰ ਦੱਸਦੇ ਹਨ ਕਿ ਕਿਸ ਤਰੀਕੇ ਨਾਲ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖ ਸਕਦੇ ਹੋ। ਅੱਜ ਜਿਸ ਟੌਪਿਕ ਦੇ ਉੱਤੇ ਅਸੀਂ ਗੱਲ ਕਰਾਂਗੇ ਉਹ ਹੈਗਾ ਕਿ ਤੁਸੀਂ ਆਪਣੀ ਲਾਈਫ ਦੇ ਵਿੱਚ ਜਿਹੜਾ ਸਟ੍ਰੈਸ ਲੈ ਕੇ ਆ ਗਏ ਹੋ ਉਹਨੂੰ ਹੁਣ ਕਿਵੇਂ ਕੱਢਣਾ ਬਾਹਰ, ਅਤੇ ਨਾਲੇ ਜਿਹੜਾ ਜੁਆਇੰਟ ਪੇਨ ਤੁਹਾਨੂੰ ਹੁੰਦਾ ਉਹ ਪੇਨ ਨੂੰ ਤੁਸੀਂ ਕਿਵੇਂ ਨਜ਼ਰਅੰਦਾਜ਼ ਕਰ ਸਕਦੇ ਹੋ ਔਰ ਉਹਨੂੰ ਕਿਵੇਂ ਖਤਮ ਕਰ ਸਕਦੇ ਹੋ, ਅਤੇ ਅੱਜ ਕੁਝ ਅਸੀਂ ਸੁਜੈਸ਼ਨਸ ਲਵਾਂਗੇ। ਜੇਕਰ ਤੁਸੀਂ ਕੋਈ ਸੁਜੈਸ਼ਨ ਲੈਣਾ ਚਾਹੁੰਦੇ ਹੋ ਜਾਂ ਫਿਰ ਤੁਹਾਡੀ ਜੁਆਇੰਟ ਦੇ ਵਿੱਚ ਪੇਨ ਰਹਿੰਦਾ ਜਾਂ ਫਿਰ ਤੁਹਾਡੀ ਲਾਈਫ ਦੇ ਵਿੱਚ ਕੋਈ ਸਟ੍ਰੈਸ ਹੈ ਜਾਂ ਡਿਪਰੈਸ਼ਨ ਹੈ, ਤਾਂ ਤੁਸੀਂ ਇਸ ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰਕੇ ਡਾਕਟਰ ਨਵਦੀਪ ਸ਼ਰਮਾ ਹੋਰਾਂ ਨਾਲ ਰਾਬਤਾ ਕਾਇਮ ਵੀ ਕਰ ਸਕਦੇ ਹੋ, ਸਿੱਧੀ ਗੱਲ ਵੀ ਕਰ ਸਕਦੇ ਹੋ। ਸਭ ਤੋਂ ਪਹਿਲਾਂ ਅਸੀਂ ਸ਼ੁਰੂਆਤ ਕਰਨਾ ਚਾਹਾਂਗੇ ਜੁਆਇੰਟ ਪੇਨ ਰਿਲੀਫ ਕਿਸ ਤਰੀਕੇ ਨਾਲ ਹੋ ਸਕਦੀ ਆ? ਦੇਖੋ, ਜੁਆਇੰਟਸ ਪੇਨ ਦੀ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਜੁਆਇੰਟਸ ਮੈਜੋਰਿਟੀ ਅਗਰ ਆਪਾਂ ਏਜ ਵੱਧ ਵਾਲੇ ਦੀ ਗੱਲ ਕਰੀਏ ਤਾਂ ਆਸਟੀਓਆਰਥਰਾਈਟਿਸ ਆਫ ਨੀ ਜੁਆਇੰਟ ਇੱਕ ਬੜੀ ਕਾਮਨ ਪ੍ਰੋਬਲਮ ਆ ਜਾਂਦੀ ਹੈ। ਇਹਦੇ 'ਚ ਕੀ ਹੁੰਦਾ ਵੈ ਕਿ ਜਦੋਂ ਬੰਦਾ 40 ਸਾਲਾਂ ਤੋਂ ਉੱਪਰ ਜਾਣ ਲੱਗਦਾ ਵੈ, ਮਾਸਪੇਸ਼ੀਆਂ ਕਮਜ਼ੋਰ ਪੈਣ ਲੱਗ ਜਾਂਦੀਆਂ ਨੇ, ਬੋਨਸ ਅੰਦਰ ਕੈਲਸ਼ੀਅਮ ਘੱਟ ਜਾਂਦਾ ਵੈ, ਜਿਹਦੇ ਕਰਕੇ ਜਿਹੜੇ ਮੇਜਰ ਜੁਆਇੰਟਸ ਨੇ ਸਾਡੇ, ਜਿਸ ਤਰ੍ਹਾਂ ਕਿ ਨੀ ਜੁਆਇੰਟ ਹੋ ਗਿਆ, ਗੋਡੇ ਸਾਡੇ ਹੋ ਗਏ ਜਾਂ ਸ਼ੋਲਡਰ ਜੁਆਇੰਟ ਹੋ ਗਿਆ, ਇਹ ਜੁਆਇੰਟਸ 'ਚ ਜਿਹੜਾ ਗੈਪ ਹੈ ਉਹ ਘੱਟ ਜਾਂਦਾ ਵੈ, ਹੁਣ ਦੋਨੋਂ ਹੱਡੀਆਂ ਆਪਸ 'ਚ ਰਗੜ ਖਾਣ ਲੱਗ ਪੈਂਦੀਆਂ ਨੇ ਅਤੇ ਜੁਆਇੰਟ ਸੁੱਜ ਜਾਂਦੇ ਨੇ। ਇਹਨੂੰ ਕਹਿੰਦੇ ਨੇ ਆਸਟੀਓਆਰਥਰਾਈਟਿਸ। ਇਹ ਉਹੀ ਕੰਡੀਸ਼ਨ ਹੈ ਜੀ ਜਿਹਦੇ 'ਚ ਡਾਕਟਰਸ ਬੋਲ ਦਿੰਦੇ ਨੇ ਕਿ ਤੁਸੀਂ ਆਪਣੇ ਗੋਡੇ ਚੇਂਜ ਕਰਵਾ ਲਓ। ਠੀਕ ਹੈ, ਦੈਟ ਇਜ਼ ਦਾ ਕਾਮਨ ਥਿੰਗ ਜਿਹੜੀ ਪੇਸ਼ੈਂਟ ਨੂੰ ਕਹੀ ਜਾਂਦੀ ਹੈ। ਠੀਕ ਹੈ ਜੀ। ਲੇਕਿਨ ਜਦਕਿ ਹਕੀਕਤ ਇਹਦੀ ਹੈ ਵੈ ਕਿ ਥੋੜ੍ਹੀ ਜਿਹੀ ਅੱਛੀ ਐਕਸਰਸਾਈਜ਼, ਨੀਜ਼ ਦੀਆਂ ਨੋਰਮਲ ਐਕਸਰਸਾਈਜ਼, ਗਰਮ ਪਾਣੀ ਦਾ ਰੈਗੂਲਰ ਯੂਜੇਜ, ਪਲੱਸ ਥੋੜ੍ਹੀਆਂ ਜਿਹੀਆਂ ਹਰਬਸ। ਹਰਬਸ ਵੀ ਕਿਹੜੀਆਂ ਜਿਹੜੀਆਂ ਕਿਚਨ ਦੀਆਂ ਹਰਬਸ ਨੇ, ਅਗਰ ਆਪਾਂ ਜੁਆਇੰਟਸ ਪੇਨ ਦੀ ਗੱਲ ਕਰ ਰਹੇ ਹਾਂ, ਕਾਮਨ ਕਿਚਨ ਹਰਬ ਜਿਹੜੀ ਮੈਂ ਸਾਰਿਆਂ ਨੂੰ ਗਾਈਡ ਕਰਦਾ ਵਾਂ, ਦੈਟ ਇਜ਼ ਸੁੰਠੀ, ਡਰਾਈ ਜਿੰਜਰ ਜਿਹਨੂੰ ਆਪਾਂ ਸੁੰਡ ਵੀ ਕਹਿੰਦੇ ਹਾਂ। ਅਗਰ ਆਪਾਂ ਚਾਹੁੰਦੇ ਹਾਂ ਕਿ ਗੋਡਿਆਂ ਦੀ ਦਰਦ ਤੋਂ ਆਪਾਂ ਨੈਚੁਰਲੀ ਬਚ ਸਕੀਏ, ਤਕਰੀਬਨ ਸੁੰਡ ਦਾ ਤੁਸੀਂ 5 ਜਾਂ 6 ਚਮਚਾ ਕੋਸੇ ਪਾਣੀ ਦੇ ਨਾਲ ਦਿਨ 'ਚ ਇੱਕ ਵਾਰੀ ਲੈਣਾ ਸ਼ੁਰੂ ਕਰ ਦਿਓ। ਖਾਣ 'ਚ ਵਾਈ ਵਾਲੀ ਚੀਜ਼ਾਂ ਘਟਾਓ। ਵਾਈ ਵਾਲੀ ਚੀਜ਼ ਉਹ ਚੀਜ਼ ਹੈ ਜਿਹੜੀ ਬਾਸੀ ਹੈ। ਕੋਸ਼ਿਸ਼ ਕਰੋ ਭੁੱਖ ਤੋਂ ਥੋੜ੍ਹਾ ਘੱਟ ਖਾਓ। ਖਾਣੇ ਦੇ ਉੱਪਰੋਂ ਕੋਸ਼ਿਸ਼ ਕਰਨੀ ਆਪਾਂ ਗਰਮ ਪਾਣੀ ਪੀਣ ਦੀ। ਜੇ ਸਾਨੂੰ ਜੀਰਾ ਚੰਗਾ ਲੱਗਦਾ ਤਾਂ ਜੀਰਾ, ਜੇ ਅਜਵੈਨ ਚੰਗੀ ਲੱਗਦੀ ਹੈ ਅਜਵੈਨ, ਜੇ ਸੌਂਫ ਚੰਗੀ ਲੱਗਦੀ ਹੈ ਸੌਂਫ। ਇਹਨਾਂ ਤਿੰਨਾਂ 'ਚੋਂ ਇੱਕ ਚੀਜ਼ ਦੀ ਆਪਾਂ ਆਦਤ ਪਾਉਣੀ ਕਿ ਆਪਾਂ ਖਾਣੇ ਤੋਂ ਬਾਅਦ ਇਹਨੂੰ ਖਾਈਏ। ਇੰਨੀਆਂ ਜਿਹੀਆਂ ਚੀਜ਼ਾਂ ਹੀ ਅਗਰ ਮੰਨ ਲਈਆਂ ਜਾਣ
ਪਲੱਸ ਰੈਗੂਲਰ ਐਕਸਰਸਾਈਜ਼ ਜੋੜ ਲਈ ਜਾਏ ਤੇ ਆਪਾਂ ਗੋਡਿਆਂ ਦੀ ਸਰਜਰੀ ਤੋਂ ਬਚ ਸਕਦੇ ਹਾਂ। ਘਰੇਲੂ ਇਲਾਜ ਤੁਸੀਂ ਇਸੀ ਨੂੰ ਕਹਿ ਸਕਦੇ ਹੋ ਕਿ ਤੁਸੀਂ ਘਰ ਬਹਿ ਕੇ ਆਪਣਾ ਇਲਾਜ ਕਰ ਸਕਦੇ ਹੋ, ਜਾਂ ਫਿਰ ਤੁਸੀਂ ਹੋਰ ਵੀ ਕਿਸੇ ਬਿਮਾਰੀ ਦੇ ਨਾਲ ਜੂਝ ਰਹੇ ਹੋ ਤਾਂ ਇਸ ਹੇਠ ਲਿਖੇ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਡਾਕਟਰ ਸ਼ਰਮਾ ਹੋਰਾਂ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਔਰ ਆਪਣੇ ਸਵਾਲ ਤੁਸੀਂ ਪੁੱਛ ਸਕਦੇ ਹੋ। ਕਾਫੀ ਸਾਰੀ ਕਾਲ ਸਾਨੂੰ ਆਉਣੀ ਸ਼ੁਰੂ ਹੋ ਚੁੱਕੀਆਂ ਹਨ, ਅਸੀਂ ਪਹਿਲੇ ਆਪਣੀ ਕਾਲ ਲੈ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਪਣੀ ਗੱਲ ਰੱਖ ਸਕਦੇ ਹੋ? ਹਾਂਜੀ, ਸਾਡੇ ਗੁੱਡੀ ਦੇ ਜੀ ਵਾਲ ਬਹੁਤ ਆਉਂਦੇ ਆ। ਵਾਲ ਬਹੁਤ, ਦੁਬਾਰਾ ਰਿਪੀਟ ਕਰਨਾ ਜੀ ਆਪਣਾ ਸਵਾਲ, ਇੱਕ ਵਾਰੀ ਮੁੜ ਤੋਂ ਦੁਹਰਾਇਓ ਜੀ। ਗੁੱਡੀ ਦੇ ਵਾਲ ਬਹੁਤ ਆਉਂਦੇ ਮੂੰਹ ਦੇ ਉੱਤੇ। ਅੱਛਾ 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 ਅੱਛਾ, ਸਤਿ ਸ਼੍ਰੀ ਅਕਾਲ ਜੀ। ਦੇਖੋ, ਜਦੋਂ ਆਪਾਂ ਵਾਲ ਇਹਦਾ ਆਉਣ ਦੀ ਗੱਲ ਕਰ ਰਹੇ ਹਾਂ, ਮੂੰਹ ਦੇ ਉੱਪਰ ਆਮ ਤੌਰ 'ਤੇ ਹਾਰਮੋਨਲ ਇਮਬੈਲੈਂਸ ਕਰਕੇ ਹੁੰਦਾ ਵੈ। ਤੁਸੀਂ ਇੱਕ ਕੋਸ਼ਿਸ਼ ਕਰੋ, ਇੱਕ ਤਾਂ ਉਹਨਾਂ ਦਾ ਥਾਇਰੋਇਡ ਲੈਵਲ ਜ਼ਰੂਰ ਚੈੱਕ ਕਰਵਾਓ ਤੁਸੀਂ ਕਿ ਥਾਇਰੋਇਡ ਲੈਵਲ ਨੋਰਮਲ ਹੈ ਕਿ ਨਹੀਂ ਹੈ। ਅਗਰ ਉਹਨਾਂ ਦਾ ਥਾਇਰੋਇਡ ਲੈਵਲ ਨੋਰਮਲ ਹੈ ਤੇ ਉਸ ਤੋਂ ਬਾਅਦ ਚੋਂ ਉਹਨਾਂ ਨੂੰ ਸ਼ੀਤਲੀਕਰਨ ਕਰਾਉਣਾ ਸ਼ੁਰੂ ਕਰੋ। ਅੱਛਾ ਜੀ। ਸ਼ੀਤਲੀਕਰਨ ਜਿਹੜਾ ਮੈਂ ਸਿੰਪਲ ਤੁਹਾਨੂੰ ਕਰਕੇ ਦਿਖਾ ਰਿਹਾ ਜੀ, ਜੁਬਾਨ ਬਾਹਰ ਕੱਢ ਕੇ ਨਾ ਲੰਬਾ ਸਾਹ ਅੰਦਰ ਖਿੱਚਣਾ। ਹਾਂਜੀ, ਇਸ ਤਰੀਕੇ ਨਾਲ ਜਿਸ ਤਰ੍ਹਾਂ ਮੈਂ ਹੁਣੇ ਕੀਤਾ ਵਾ, ਇਹਨੂੰ ਕਹਿੰਦੇ ਆ ਸ਼ੀਤਲੀਕਰਨ। ਸਰੀਰ 'ਚ ਕਿਸੇ ਵੀ ਤਰ੍ਹਾਂ ਦਾ ਅਗਰ ਹਾਰਮੋਨਲ ਇਮਬੈਲੈਂਸ ਹੋ ਰਿਹਾ, ਖਾਸ ਤੌਰ 'ਤੇ ਫੀਮੇਲਸ ਦੇ ਅੰਦਰ, ਜਿਹਨਾਂ ਕਰਕੇ ਕਿ ਉਹਨਾਂ ਦੇ ਜਿਹੜੇ ਫੇਸ਼ੀਅਲ ਹੇਅਰ ਦੀ ਗਰੋਥ ਆ ਉਹ ਵੱਧ ਰਹੀ ਹੋਏ, ਸ਼ੀਤਲੀਕਰਨ ਉਹਨੂੰ ਜ਼ਰੂਰ ਕੰਟਰੋਲ ਕਰਦਾ ਵਾ। ਇੱਕ ਤਾਂ ਤੁਸੀਂ ਉਹਨਾਂ ਨੂੰ ਸ਼ੀਤਲੀਕਰਨ ਕਰਵਾਉਣਾ ਵਾ। ਦੂਸਰੀ ਕੋਸ਼ਿਸ਼ ਕਰੋ, ਧਨੀਆ, ਸੁੱਕਾ ਧਨੀਆ ਰੋਜ਼ ਤੁਸੀਂ ਤਕਰੀਬਨ ਕੋਈ ਚਮਚੇ ਦਾ ਚੌਥਾ ਹਿੱਸਾ ਪਾਣੀ 'ਚ ਡੁਬੋਲਿਆ ਕਰੋ ਸ਼ਾਮੀ, ਉਹਦਾ ਪਾਣੀ ਸਵੇਰੇ ਛਾਣ ਕੇ ਨਾ ਉਹਨਾਂ ਨੂੰ ਪੀਣ ਵਾਸਤੇ ਦੇਣਾ ਵਾ। ਇਹ ਦੋ ਚੀਜ਼ਾਂ ਅਗਰ ਤੁਸੀਂ ਕਰੋਗੇ, ਅਗਰ ਹਾਰਮੋਨਲ ਇਮਬੈਲੈਂਸ ਕਰਕੇ ਉਹਨਾਂ ਦੇ ਜਿਹੜੇ ਵਾਲ ਆ ਰਹੇ ਨੇ ਉਹਨਾਂ 'ਚ ਇੰਪਰੂਵਮੈਂਟ ਮਿਲੇਗੀ ਜੀ। ਠੀਕ ਹੈ ਭੈਣ ਜੀ, ਆ ਗਿਆ ਤੁਹਾਨੂੰ ਸਮਝ? ਹਾਂਜੀ, ਸਮਝ ਆ ਗਿਆ ਜੀ। ਮਿਹਰਬਾਨੀ ਤੁਹਾਡੀ, ਮਿਹਰਬਾਨੀ। ਸਾਡੇ ਨਾਲ ਹੋਰ ਵੀ ਕਾਲਸ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਆਪਣੀ ਗੱਲ ਰੱਖ ਸਕਦੇ ਹੋ। ਹੈਲੋ ਹੈਲੋ ਹੈਲੋ, ਮੈਂ ਆਪਣੇ ਦਰਸ਼ਕਾਂ ਨੂੰ ਦਰਖਾਸਤ ਕਰਾਂਗਾ, ਜੇ ਤੁਸੀਂ ਫੋਨ ਕਰਦੇ ਹੋ ਤਾਂ ਆਪਣੇ ਟੀ ਵੀ ਸੈੱਟ ਦੀ ਵੋਲਿਊਮ ਨੂੰ ਘੱਟ ਕਰ ਲਿਆ ਕਰੋ ਤਾਂ ਕਿ ਤੁਹਾਡੀ ਆਵਾਜ਼ ਸਾਡੇ ਕੋਲ ਪਹੁੰਚ ਸਕੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਆਪਣੀ ਗੱਲ ਰੱਖ ਸਕਦੇ ਹੋ। ਹੈਲੋ ਜੀ ਜੀ, ਆਪਣਾ ਸਵਾਲ ਪੁੱਛ ਸਕਦੇ ਹੋ ਤੁਸੀਂ ਡਾਕਟਰ ਸਾਹਿਬ? ਮੈਂ ਡਾਕਟਰ ਸਾਹਿਬ ਨੂੰ ਪੁੱਛਣਾ ਸੀਗਾ ਕੁਛ। ਜੀ 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 ਜੀ, ਸਤਿ ਸ਼੍ਰੀ ਅਕਾਲ ਜੀ, ਪੁੱਛੋ ਤੁਸੀਂ। ਸਤਿ ਸ਼੍ਰੀ ਅਕਾਲ ਜੀ, ਮੈਂ ਪੁੱਛਣਾ ਸੀਗਾ ਕਿ ਕੋਈ ਐਸਿਡ ਰਿਫਲੈਕਸ, ਜਿੱਦਾਂ ਕ੍ਰੋਨਿਕ ਐਸਿਡ ਰਿਫਲੈਕਸ ਦੀ ਪ੍ਰੋਬਲਮ ਹੋਵੇ ਤਾਂ ਕੋਈ ਉਹਦਾ ਹੈ ਆਯੁਰਵੇਦਾ ਟ੍ਰੀਟਮੈਂਟ? ਦੇਖੋ ਜੀ, ਪ੍ਰੋਪਰ ਟ੍ਰੀਟਮੈਂਟ ਵੀ ਪੋਸੀਬਲ ਹੈ, ਬਾਕੀ ਘਰੇਲੂ ਤੌਰ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਜੰਗ ਹਰੜ ਇੱਥੋਂ ਦੇ ਸਟੋਰਸ ਅੰਦਰ ਅਵੇਲੇਬਲ ਹੈ, ਇੰਡੀਅਨ ਸਟੋਰਸ ਅੰਦਰ। ਜੰਗ ਹਰੜ, ਜੰਗ ਹਰੜ ਇੱਕ ਪਤਲੀ ਵਾਲੀ ਹਰੜ ਹੁੰਦੀ ਹੈ ਜਿਹੜੀ ਕਿ ਮੂੰਹ 'ਚ ਰੱਖ ਕੇ ਚੂਸੀ ਜਾ ਸਕਦੀ ਹੈ। ਤੁਸੀਂ ਕੋਸ਼ਿਸ਼ ਇਹ ਕਰਨੀ ਹੈ ਕਿ ਜੰਗ ਹਰੜ ਦਿਨ 'ਚ ਸਵੇਰੇ, ਦੁਪਹਿਰੇ ਅਤੇ ਰਾਤੀ, ਤਿੰਨੋਂ ਟਾਈਮ 'ਤੇ ਇੱਕ ਹੀ ਖਰੜ ਜਿਹੜੀ ਹੈ ਨਾ ਤੁਸੀਂ ਚੂਸਣੀ ਹੈ। ਇੱਕ ਤਾਂ ਤੁਸੀਂ ਇਹ ਚੀਜ਼ ਕਰੋ, ਤੁਹਾਨੂੰ ਇਹਦੇ ਨਾਲ GERD ਅੰਦਰ ਫਾਇਦਾ ਮਿਲੇਗਾ। ਦੂਜੀ ਚੀਜ਼ ਤੁਸੀਂ ਕਰਨੀ ਹੈ, ਜੀਰਾ ਭੁੰਨ ਕੇ ਰੱਖ ਛੱਡਣਾ ਆਪਣੇ ਕੋਲ। ਕੋਸ਼ਿਸ਼ ਕਰਨੀ ਹੈ ਕਿ ਆਪਾਂ ਜਦੋਂ ਵੀ ਖਾਣਾ ਖਾਈਏ ਉਸ ਤੋਂ ਬਾਅਦ 'ਚੋਂ ਭੁੰਨਿਆ ਹੋਇਆ ਜੀਰਾ ਚਮਚੇ ਦਾ ਚੌਥਾ ਹਿੱਸਾ ਜ਼ਰੂਰ ਖਾਈਏ। ਤੀਜੀ ਅੱਛੀ ਚੀਜ਼ ਤੁਹਾਡੇ ਵਾਸਤੇ ਸੌਂਫ ਹੈ, ਸੌਂਫ, ਸੌਂਫ ਕੋਸ਼ਿਸ਼ ਕਰੋ। ਜਿਸ ਤਰ੍ਹਾਂ ਆਪਾਂ ਰੈਸਟੋਰੈਂਟਸ ਅੰਦਰ ਖਾਣਾ ਖਾਣ ਜਾਈਏ ਤਾਂ ਆਪਾਂ ਖਾਣੇ ਤੋਂ ਬਾਅਦ ਸੌਂਫ ਔਫਰ ਕੀਤੀ ਜਾਂਦੀ ਸਾਨੂੰ, ਆਪਾਂ ਖਾਂਦੇ ਹਾਂ, ਜਿਹੜੀ ਮੋਟੀ ਵਾਲੀ ਸੌਂਫ ਹੈ ਨਾ ਜੀ, ਤੁਸੀਂ ਉਹਦਾ ਇਸਤੇਮਾਲ ਜ਼ਰੂਰ ਕਰੋ ਖਾਣਾ ਖਾਣ ਤੋਂ ਬਾਅਦ 'ਚੋਂ। ਔਰ ਆਪਾਂ ਕੋਸ਼ਿਸ਼ ਇਹ ਵੀ ਕਰਨੀ ਹੈ ਕਿ ਖਾਣਾ ਖਾਣ ਤੋਂ ਬਾਅਦ ਜਿਹੜਾ ਪਾਣੀ ਹੈ ਉਹ ਕੋਸਾ ਪੀਣਾ ਵਾ, ਠੰਡਾ ਪਾਣੀ ਨਹੀਂ ਪੀਣਾ ਖਾਣਾ ਖਾਣ ਤੋਂ ਬਾਅਦ। ਓਕੇ, ਇਹ ਤੁਸੀਂ ਕਾਮਨ ਚੀਜ਼ਾਂ ਕਰੋ। ਮਿਠਾਈ 'ਚ ਪੇਠਾ ਇੱਥੇ ਅਵੇਲੇਬਲ ਨਹੀਂ, ਅਦਰਵਾਈਜ਼ ਪੇਠਾ ਇੱਕ ਬਹੁਤ ਅੱਛੀ ਚੀਜ਼ ਹੈ ਜਿਹਨਾਂ ਨੂੰ ਵੀ ਐਸਿਡ ਰਿਫਲੈਕਸ ਹੋਏ। ਤੁਸੀਂ ਇਹ ਕਾਮਨ ਚੀਜ਼ਾਂ ਕਰੋ, ਤੁਹਾਨੂੰ ਡੈਫੀਨੇਟਲੀ ਫਾਇਦਾ ਮਿਲੇਗਾ ਇਹਦੇ ਨਾਲ। ਆਯੁਰਵੇਦਿਕ ਮੈਡੀਕੇਸ਼ਨਸ ਆਉਂਦੀਆਂ ਨੇ, ਕੁਛ ਲਿਵਰ ਟੋਨਿਕਸ ਆਉਂਦੇ ਨੇ, ਜਿਸ ਤਰ੍ਹਾਂ ਸਾਡਾ ਇੱਥੇ USH ਅਵੇਲੇਬਲ ਹੈ, ਆਮ ਹਰ ਕੈਪਸੂਲ ਅਵੇਲੇਬਲ ਹੈ, ਇਹੋ ਜਿਹੀਆਂ ਚੀਜ਼ਾਂ ਨੇ ਮੈਡੀਸਿਨਸ ਦੇ ਫੋਰਮ 'ਚ ਜਿਹੜੀਆਂ ਤੁਸੀਂ ਲੈ ਸਕਦੇ ਹੋ। ਬਟ ਮੇਰੀ ਤੁਹਾਨੂੰ ਰਿਕੁਐਸਟ ਔਰ ਗਾਈਡਲਾਈਨਸ ਇਹੀ ਰਹੇਗੀ, ਸਭ ਤੋਂ ਪਹਿਲੇ ਤੁਸੀਂ ਕਾਮਨਲੀ ਚੀਜ਼ਾਂ ਜਿਹੜੀਆਂ ਮੈਂ ਐਡਵਾਈਸ ਕੀਤੀਆਂ ਨੇ ਉਹ ਫੋਲੋ ਕਰਕੇ ਦੇਖੋ। ਮੈਨੂੰ ਲੱਗਦਾ ਵਾ ਜੋ ਤੁਸੀਂ ਜਾਣਦੇ ਹੋ। ਹਾਂਜੀ ਹਾਂਜੀ, ਕੋਈ ਪ੍ਰੀਕਾਸ਼ਨਸ ਮੀਨਸ ਕੋਈ 5 ਡੇਜ਼? ਹਾਂ, ਮੇਨ ਆਪਾਂ ਧਿਆਨ ਰੱਖਣਾ ਵਾ ਕਿ ਆਪਾਂ ਖਾਣਾ ਖਾਣ ਦੇ ਉੱਪਰੋਂ ਕੋਈ ਵੀ ਐਰੇਟਿਡ ਬੈਵਰੇਜ, ਕੋਲਡ ਡਰਿੰਕਸ, ਠੰਡਾ ਪਾਣੀ ਅਵੋਇਡ ਕਰਨਾ ਵਾ। ਦੂਸਰਾ ਆਪਾਂ ਇਹ ਧਿਆਨ ਰੱਖਣਾ ਵਾ, ਸਪਾਈਸੀ ਜਿੰਨਾ ਘੱਟ ਖਾਵਾਂਗੇ ਉਨਾ ਚੰਗਾ ਵਾ। ਹਰੀ ਅਤੇ ਲਾਲ ਮਿਰਚ ਦੀ ਜਗ੍ਹਾ 'ਤੇ ਆਪਾਂ ਕੋਸ਼ਿਸ਼ ਕਰਨੀ ਕਿ ਕਾਲੀ ਮਿਰਚ ਦੀ ਵਰਤੋਂ ਕਰੀਏ। ਕਾਲੀ ਮਿਰਚ ਤੁਹਾਡੇ GERD 'ਚ ਫਾਇਦਾ ਕਰੇਗੀ, ਜਦਕਿ ਹਰੀ ਅਤੇ ਲਾਲ ਮਿਰਚ ਨੂੰ ਵਧਾਏਗੀ। ਅੱਛਾ ਜੀ, ਹਾਂਜੀ ਹਾਂਜੀ, ਓਕੇ ਜੀ, ਥੈਂਕ ਯੂ, ਥੈਂਕ ਯੂ ਸੋ ਮਚ। ਓਕੇ ਜੀ, ਥੈਂਕ ਯੂ ਜੀ। ਸਾਡੇ ਨਾਲ ਹੋਰ ਵੀ ਕਾਲਰਸ ਨੇ, ਉਹਨਾਂ ਦੇ ਵੀ ਲੈ ਲਈ। ਉਸ ਤੋਂ ਬਾਅਦ ਫਿਰ ਇੱਕ ਸਵਾਲ ਮੇਰੇ ਜ਼ਹਿਨ ਦੇ ਵਿੱਚ ਚੱਲ ਰਿਹਾ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਆਪਣੀ ਗੱਲ ਰੱਖ ਸਕਦੇ ਹੋ, ਆਪਣਾ ਸਵਾਲ ਪੁੱਛ ਸਕਦੇ ਹੋ ਡਾਕਟਰ ਸਾਹਿਬ ਹੋਰਾਂ ਨਾਲ।
ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜੀ ਕੀ ਸਵਾਲ ਹੈ ਤੁਹਾਡਾ ਮੇਰਾ ਸਵਾਲ ਇਹ ਹੈ ਕਿ ਮੇਰੀਆਂ ਲੱਤਾਂ ਨਾ ਲੱਤਾਂ ਤੇ ਬਹੁਤ ਸਵੈਲਿੰਗ ਆਉਂਦੀ ਹੈ ਗਿੱਟਿਆਂ ਤੇ ਗੋਡਿਆਂ ਤੇ ਸਾਰੀਆਂ ਦੋਨਾਂ ਲੱਤਾਂ ਦੇ ਉੱਤੇ ਕਿੱਥੋਂ ਬੋਲ ਰਹੇ ਹੋ ਤੁਸੀਂ ਮੈਂ ਨਾਰਥ ਕਲੋਨਾ ਤੇ ਬੋਲਦੀ ਹਾਂ ਅਮਰੀਕਾ ਤੋਂ ਓਕੇ ਓਕੇ ਤੁਹਾਡੀ ਜਿਹੜੀ ਸਵੈਲਿੰਗ ਹੁੰਦੀ ਹੈ ਜੀ ਅਗਰ ਉਹਦੇ ਚ ਦਬਾਈਏ ਆਪਾਂ ਤੇ ਗੱਡੇ ਪੈਂਦੇ ਨੇ ਸਵੈਲਿੰਗ ਅੰਦਰ ਹਾਂਜੀ ਹਾਂਜੀ ਬਹੁਤ ਜ਼ਿਆਦਾ ਟਾਈਟ ਸਕਿਨ ਹੋ ਜਾਂਦੀ ਹੈ ਲੱਤਾਂ ਦੀ ਵੀ ਤੇ ਤੁਸੀਂ ਇੱਕ ਤੇ ਕੋਸ਼ਿਸ਼ ਕਰਨੀ ਹੈ ਕਿ ਪ੍ਰੋਟੀਨ ਦੀ ਵਰਤੋਂ ਥੋੜੀ ਜਿਹੀ ਵਧਾਓ ਐਕਚੁਅਲੀ ਹੁੰਦਾ ਕੀ ਹੈ ਮੈਂ ਵੀ ਚਾਹਾਂਗਾ ਕਿ ਤੁਸੀਂ ਆਪਣਾ ਯੂਰਿਨ ਟੈਸਟ ਜ਼ਰੂਰ ਕਰਵਾਓ ਯੂਰਿਨ ਟੈਸਟ ਤਾਂ ਮੇਰਾ ਹਮੇਸ਼ਾ ਹੀ ਹੁੰਦਾ ਹੁਣ ਫੇਰ ਜਾਣਾ ਮੈਂ ਹਾਂ ਡਾਕਟਰ ਦੇ ਮੈਂ ਦਰਸ਼ਕਾਂ ਨੂੰ ਜ਼ਰੂਰ ਦੱਸਣਾ ਚਾਹੁੰਦਾ ਕਿ ਪ੍ਰੋਟੀਨ ਦੇ ਵਿੱਚ ਤੁਸੀਂ ਕੀ ਕੀ ਲੈ ਸਕਦੇ ਹੋ ਡਾਕਟਰ ਸਾਹਿਬ ਤੁਹਾਨੂੰ ਜ਼ਰੂਰ ਦੱਸਣਗੇ ਹਾਂਜੀ ਪ੍ਰੋਟੀਨ ਦੀ ਜਦੋਂ ਆਪਾਂ ਗੱਲ ਕਰ ਰਹੇ ਹਾਂ ਜੀ ਨਾਰਮਲ ਚੀਜ਼ ਲੈ ਸਕਦੇ ਹਾਂ ਆਪਾਂ ਸੋਇਆਬੀਨ ਲੈ ਸਕਦੇ ਹਾਂ ਸਾਬੂਤ ਦਾਲਾਂ ਲੈ ਸਕਦੇ ਹਾਂ ਇਹ ਸਾਰੀਆਂ ਚੀਜ਼ਾਂ ਪ੍ਰੋਟੀਨ ਦੇ ਅੱਛੇ ਸੋਰਸਿਸ ਨੇ ਐਗ ਲੈ ਸਕਦੇ ਹਾਂ ਇਹ ਪ੍ਰੋਟੀਨ ਦੇ ਅੱਛੇ ਸੋਰਸਿਸ ਨੇ ਹੁੰਦਾ ਕੀ ਹੈ ਜੀ ਜਦੋਂ ਯੂਰਿਨ ਦੇ ਰਸਤੇ ਕੁਛ ਕੁਛ ਪ੍ਰੋਟੀਨ ਰੂਟੀਨ 'ਚ ਲੀਕ ਕਰਦਾ ਰਹਿੰਦਾ ਹੈ ਬੋਡੀ 'ਚ ਪ੍ਰੋਟੀਨ ਦੀ ਘਾਟ ਹੋ ਜਾਂਦੀ ਹੈ ਪ੍ਰੋਟੀਨ ਦੀ ਘਾਟ ਦਾ ਜਿਹੜਾ ਸਭ ਤੋਂ ਪਹਿਲਾ ਲੱਛਣ ਹੁੰਦਾ ਵਾ ਹੁੰਦਾ ਸਾਡੇ ਪੈਰਾਂ ਅੰਦਰ ਗਿੱਟਿਆਂ ਅੰਦਰ ਸੋਜਾਂ ਪੈਣੀਆਂ ਉਹ ਸੋਜਾਂ ਜਿਨ੍ਹਾਂ ਨੂੰ ਅਗਰ ਦਬਾਇਆ ਜਾਏ ਤਾਂ ਗੱਡਾ ਪੈਂਦਾ ਵਾ ਤੁਸੀਂ ਇਸ ਕਰਕੇ ਕੋਸ਼ਿਸ਼ ਕਰੋ ਇੱਕ ਤਾਂ ਥੋੜ੍ਹਾ ਪ੍ਰੋਟੀਨ ਵਧਾਓ ਇੱਕ ਆਪਣਾ ਯੂਰਿਨ ਟੈਸਟ ਜਿਸ ਤਰ੍ਹਾਂ ਕਿ ਤੁਸੀਂ ਦੱਸ ਰਹੇ ਹੋ ਤੁਹਾਡਾ ਰੂਟੀਨ 'ਚ ਹੁੰਦਾ ਉਹਦੇ 'ਚ ਦੇਖੋ ਪ੍ਰੋਟੀਨ ਲੀਕੇਜ ਤਾਂ ਨਹੀਂ ਹੋ ਰਿਹਾ ਕੀ ਪ੍ਰੋਟੀਨ ਲੀਕ ਕਰ ਰਿਹਾ ਉਹਦੇ ਅੰਦਰ ਜੇ ਉਹਦੇ 'ਚ ਪ੍ਰੋਟੀਨ ਤੁਹਾਨੂੰ ਲੱਗਦਾ ਵੈ ਕਿ ਲੀਕ ਕਰ ਰਿਹਾ ਵੈ ਅਤੇ ਇਹਦੇ ਨਾਲ ਨਾਲ ਤੁਸੀਂ ਕੋਸ਼ਿਸ਼ ਕਰਨੀ ਹੈ ਧਨੀਆ ਜਿਹੜਾ ਕਿ ਉਹਨੇ ਪਹਿਲੇ ਵੀ ਪ੍ਰੋਗਰਾਮ 'ਚ ਦੱਸਿਆ ਸੀ ਸੁੱਕਾ ਧਨੀਆ ਇੱਕ ਐਸੀ ਚੀਜ਼ ਹੈ ਕਿ ਜੇ ਕਿਡਨੀ 'ਚੋਂ ਪ੍ਰੋਟੀਨ ਲੀਕ ਕਰ ਰਿਹਾ ਹੋਏ ਤਾਂ ਸੁੱਕਾ ਧਨੀਆ ਉਹਦੇ 'ਚ ਬਹੁਤ ਫਾਇਦਾ ਕਰਦਾ ਵੈ ਲੇਕਿਨ ਤੁਸੀਂ ਭਿਓ ਕੇ ਨਹੀਂ ਲੈਣਾ ਤੁਸੀਂ ਉਹਦਾ ਪਾਊਡਰ ਲੈਣਾ ਜੀ ਤਕਰੀਬਨ ਅੱਧਾ ਚਮਚਾ ਸਵੇਰੇ ਅਤੇ ਅੱਧਾ ਚਮਚਾ ਸ਼ਾਮੀ ਠੀਕ ਆ ਠੀਕ ਹੈ ਤੁਸੀਂ ਇਹ ਇਸਤੇਮਾਲ ਕਰੋ ਜੀ ਤੁਸੀਂ ਇੱਕ ਕੋਸ਼ਿਸ਼ ਹੋਰ ਕਰਨੀ ਹੈ ਜੀ ਕਿ ਤੁਸੀਂ ਆਪਣਾ ਗਰਮ ਪਾਣੀ ਲੈ ਕੇ ਉਹਦੇ ਥੋੜ੍ਹਾ ਪਾਕਿਸਤਾਨੀ ਨਮਕ ਪਾ ਕੇ ਡੇਲੀ ਆਪਣੀਆਂ ਲੱਤਾਂ ਤਕਰੀਬਨ ਆਪਣੇ ਗੋਡਿਆਂ ਤੀਕਨ ਕੋਈ ਅੱਧੇ ਘੰਟੇ ਵਾਸਤੇ ਉਹਦੇ 'ਚ ਡਿਪ ਜ਼ਰੂਰ ਕਰਨੀਆਂ ਨੇ ਠੀਕ ਆ ਠੀਕ ਹੈ ਇਹ ਚੀਜ਼ਾਂ ਤੁਸੀਂ ਹਾਂਜੀ 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 ਓਕੇ ਜੀ ਠੀਕ ਬਹੁਤ ਜ਼ਿਆਦਾ ਪਰ ਤੁਰਿਆ ਵੀ ਨਹੀਂ ਜਾਂਦਾ ਮੇਰੇ ਤੋਂ ਜੇ ਤੁਰ 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 ਤੁਰਿਆ ਬਿਲਕੁਲ ਨਹੀਂ ਜਾਂਦਾ ਚਲੋ ਇਹ ਤੁਸੀਂ ਸਲਾਹ ਜਿਹੜੀ ਡਾਕਟਰ ਸਾਹਿਬ ਨੂੰ ਦਿੱਤੀ ਹੈ ਇਹਨੂੰ ਮੰਨੋ ਫਿਰ ਵਧੀਆ ਤੁਰਿਆ ਜਾਏਗਾ ਤੁਹਾਡੇ ਤੋਂ ਮਿਹਰਬਾਨੀ ਤੁਹਾਡੀ ਡਾਕਟਰ ਸਾਹਿਬ ਇੱਕ ਗੱਲ ਦੱਸੋ ਹੋਰ ਆਪਣੇ ਕਿਹੜੇ ਕਿਹੜੇ ਰੁਝੇਵੇਂ ਨੇ ਅੱਗੇ ਤੁਸੀਂ ਹੁਣ USA ਟੂਰ ਦੇ ਵਿੱਚੋਂ ਅਤੇ ਨਿਊਯਾਰਕ ਦੇ ਵਿੱਚ ਕਿੱਥੇ ਤੁਸੀਂ ਆਪਣੀ ਕੌਂਸਲ ਸੈਕਸ਼ਨ ਲਗਾ ਰਹੇ ਹੋ ਦੇਖੋ ਇੱਕ ਆਪਾਂ ਇੱਕ ਨੋਰਮਲ ਕੈਂਪ ਰੱਖਿਆ ਹੈ ਫ੍ਰੀ ਮੈਡੀਕਲ ਕੈਂਪ ਆਪਣੇ ਇੱਥੋਂ ਦੇ ਜਿਹੜੇ ਸਾਰੇ ਦਰਸ਼ਕ ਨੇ ਉਹਨਾਂ ਦੇ ਫਾਇਦਿਆਂ ਵਾਸਤੇ ਕਿੱਥੇ ਰੱਖਿਆ ਜੀ ਉਹ ਰਹੇਗਾ ਫੈਮਿਨਾ ਆਯੁਰਵੈਦਿਕ ਸਪਾ ਦੇ ਅੰਦਰ ਹਿਕਸ ਵੇਲੇ ਅੰਦਰ ਹੈ ਜੋਤੀ ਸ਼ਰਮਾ ਜੀ ਦੇ ਕੋਲ ਠੀਕ ਹੈ ਜੀ ਉੱਥੇ ਆਪਾਂ ਅਵੇਲੇਬਲ ਰਹਾਂਗੇ 15th ਨੂੰ 15 ਤਰੀਕ ਨੂੰ ਆਪਾਂ ਅਵੇਲੇਬਲ ਹਾਂ ਜੀ ਉੱਥੇ ਫੋਰ ਫ੍ਰੀ ਮੈਡੀਕਲ ਕੈਂਪ ਤੁਹਾਡੇ 'ਚੋਂ ਕੋਈ ਵੀ ਆ ਸਕਦਾ ਹੈ ਮੋਸਟ ਵੈਲਕਮ ਜੀ ਸੱਦ ਕੇ ਆਓ ਅਤੇ ਆਪਣੀ ਕੋਸ਼ਿਸ਼ ਰਹੇਗੀ ਕਿ ਜੋ ਵਧੀਆ ਤੋਂ ਵਧੀਆ ਤੁਹਾਨੂੰ ਗਾਈਡ ਕਰ ਸਕੀਏ ਉੱਥੇ ਆਪਾਂ ਜ਼ਰੂਰ ਕਰੀਏ ਤੁਸੀਂ ਨਿਊਯਾਰਕ ਜਾਂ ਫਿਰ ਨਿਊਜਰਸੀ ਦੇ ਵਿੱਚ ਰਹਿੰਦੇ ਹੋ ਡਾਕਟਰ ਸਾਹਿਬ ਨਾਲ ਰਾਬਤਾ ਕਾਇਮ ਕਰਨਾ ਚਾਹੁੰਦੇ ਹੋ ਉਹਨਾਂ ਨੂੰ ਤੁਸੀਂ ਪਰਸਨਲੀ ਮਿਲਣਾ ਚਾਹੁੰਦੇ ਹੋ ਅਤੇ ਤੁਸੀਂ ਆਯੁਰਵੈਦਿਕ ਫੈਮਿਨਾ ਸਪਾ ਜਿਹੜਾ ਹੈਗਾ ਹਿਕਸਵਿਲ ਦੇ ਵਿੱਚ ਉੱਥੇ ਤੁਸੀਂ 15 ਤਰੀਕ ਨੂੰ ਯਾਨੀ ਕਿ ਸੰਡੇ ਨੂੰ ਪਹੁੰਚ ਸਕਦੇ ਹੋ ਕਿੰਨੇ ਵਜੇ ਤਕਰੀਬਨ ਸਵੇਰੇ 10 ਵਜੇ ਤੋਂ ਲੈ ਕੇ ਆਪਾਂ 5 ਵਜੇ ਤੱਕ ਉੱਥੇ ਅਵੇਲੇਬਲ ਰਵਾਂਗੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਜਾਂ ਫਿਰ ਤੁਸੀਂ ਡਾਕਟਰ ਸਾਹਿਬ ਨੂੰ ਮੇਲ ਕਰ ਸਕਦੇ ਹੋ ਉਹਨਾਂ ਦੀ ਈਮੇਲ ਆਈਡੀ ਦੇ ਉੱਤੇ ਤੁਸੀਂ ਈਮੇਲ ਆਈਡੀ 'ਤੇ ਮੇਲ ਕਰ ਸਕਦੇ ਹੋ ਹੈਲਪਲਾਈਨ ਨੰਬਰ 24 ਘੰਟੇ ਸਾਡੇ ਚੱਲਦੇ ਨੇ ਹਮੇਸ਼ਾ ਡਾਕਟਰਸ ਇੱਥੇ ਅਵੇਲੇਬਲ ਰਹਿੰਦੇ ਨੇ ਤੁਸੀਂ ਕਦੀ ਵੀ ਇੱਥੇ ਕਾਲ ਕਰੋਗੇ ਤੁਹਾਨੂੰ ਪ੍ਰੋਪਰ ਜਿਹੜੇ ਮੇਰੇ ਡਾਕਟਰਸ ਨੇ ਉਹ ਗਾਈਡ ਕਰਨਗੇ ਤੁਸੀਂ ਈਮੇਲ ਕਰ ਸਕਦੇ ਹੋ info@ndayurveda.com ਦੇ ਉੱਤੇ ਇਸ ਟਾਈਮ ਟੀ ਵੀ ਸਕਰੀਨ ਦੇ ਉੱਤੇ ਜਿਹੜੀ ਈਮੇਲ ਆਈਡੀ ਚੱਲ ਰਹੀ ਹੈ ਉੱਥੇ ਤੁਸੀਂ ਈਮੇਲ ਕਰਕੇ ਡਾਕਟਰ ਸਾਹਿਬ ਹੋਰਾਂ ਨਾਲ ਡਾਇਰੈਕਟ ਰਾਬਤਾ ਕਾਇਮ ਕਰ ਸਕਦੇ ਹੋ ਔਰ ਪੁੱਛ ਸਕਦੇ ਹੋ ਆਪਣੇ ਸਵਾਲ ਜਾਂ ਫਿਰ ਤੁਸੀਂ ਮਿਲਣਾ ਚਾਹੁੰਦੇ ਹੋ ਤਾਂ ਤੁਸੀਂ ਮਿਲ ਵੀ ਸਕਦੇ ਹੋ TV ਸਕਰੀਨ ਦੇ ਉੱਤੇ ਇਸ ਟਾਈਮ ਉਹਨਾਂ ਦੇ ਨੰਬਰ ਵੀ ਚੱਲ ਰਹੇ ਹਨ ਉਹ ਵੀ ਡਿਸਪਲੇ ਹੋ ਰਹੇ ਹਨ ਅਤੇ ਤੁਸੀਂ ਨੋਟ ਡਾਊਨ ਕਰ ਲਓ ਉਹਨਾਂ ਦੇ ਨੰਬਰ 'ਤੇ ਤੁਸੀਂ ਡਾਇਰੈਕਟ ਕਾਲ ਵੀ ਕਰ ਸਕਦੇ ਹੋ ਡਾਕਟਰ ਸਾਹਿਬ ਹੋਰ ਵੀ ਬੜੀ ਸਾਰੀ ਕਾਲਸ ਨੇ ਅਤੇ ਆਪਾਂ ਦੇਖ ਰਹੀਏ ਕਿ ਕੁਝ ਸਾਡੇ ਦਰਸ਼ਕ ਤੁਹਾਡੇ ਤੋਂ ਸਵਾਲ ਪੁੱਛਣਾ ਚਾਹੁੰਦੇ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਆਪਣੀ ਗੱਲ ਰੱਖ ਸਕਦੇ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਜੀ ਕਿੱਥੋਂ ਬੋਲ ਰਹੇ ਹੋ ਜੀ ਹਾਂਜੀ ਅਸੀਂ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਾਂਜੀ ਨੂੰ ਜਰਗ ਤੋਂ ਬੋਲ ਰਹੀ ਹਾਂ ਮੈਂ ਹਾਂਜੀ 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 ਕੀ ਸਵਾਲ ਹੈ ਤੁਹਾਡਾ ਹਾਂਜੀ ਮੇਰੇ ਨਾ ਉਹ ਜਦੋਂ ਐਡਸਟ ਬਣ ਜਾਂਦਾ ਫਿਰ ਮੇਰਾ ਦਿਲ ਬੜਾ ਹੀ ਸੜਦਾ ਤੇ ਮੇਰੇ ਗੋਡਿਆਂ ਨੂੰ ਵੀ ਸਪੈਰਿੰਗ ਆ ਗਿੱਟਿਆਂ ਨੂੰ ਵੀ ਤੇ ਮੇਰੀਆਂ ਸਾਰੀ ਸਰੀਰ ਦੀਆਂ ਹੱਡੀਆਂ ਦਰਦ ਕਰਦੀਆਂ ਤੁਸੀਂ ਇੱਕ ਤਾਂ ਕੋਸ਼ਿਸ਼ ਕਰਿਆ ਕਰੋ ਜਿਸ ਤਰ੍ਹਾਂ ਤੁਸੀਂ ਦੱਸਿਆ ਵਾ ਕਿ ਗੋਡਿਆਂ ਅਤੇ ਗਿੱਟਿਆਂ 'ਤੇ ਸਵੈਲਿੰਗ ਹੈ ਸਾਰੇ ਸਰੀਰ ਦੀਆਂ ਹੱਡੀਆਂ ਦਰਦ ਕਰਦੀਆਂ ਨੇ ਇੱਕ ਤਾਂ ਕੋਸ਼ਿਸ਼ ਕਰਨੀ ਆ ਆਪਾਂ ਕਿ ਦਿਨ 'ਚ 3 ਤੋਂ 4 ਵਾਰੀ ਆਪਾਂ ਗਰਮ ਪਾਣੀ ਪੀਣਾ ਵਾ ਇੱਕ ਹੁੰਦਾ ਵਾ ਕੋਸਾ ਤੁਸੀਂ ਗਰਮ ਪੀਣਾ ਵਾ ਇਹਦੇ ਨਾਲ ਤੁਹਾਡੀ ਬੋਡੀ ਦੀ ਸਟਿਫਨੈਸ ਵੀ ਘਟੇਗੀ ਅਤੇ ਤੁਹਾਡੀ ਜਿਹੜੀ ਦਰਦ ਆ ਉਹ ਵੀ ਘਟੇਗੀ
ਤੁਸੀਂ ਵੈਜੀਟੇਰੀਅਨ ਹੋ ਜੀ ਕਿ ਨਾਨ ਵੈਜੀਟੇਰੀਅਨ ਹੋ? ਨਹੀਂ ਵੈਜੀਟੇਰੀਅਨ ਹਾਂ ਮੈਂ ਤਾਂ। ਤੁਸੀਂ ਵੈਜੀਟੇਰੀਅਨ ਹੋ। ਦੂਸਰੀ ਚੀਜ਼, ਕਿਉਂਕਿ ਤੁਸੀਂ ਵੈਜੀਟੇਰੀਅਨ ਹੋ, ਕੋਸ਼ਿਸ਼ ਕਰੋ ਦਿਨ 'ਚ ਇੱਕ ਜਾਂ ਦੋ ਵਾਰੀ ਗਰਮ ਦੁੱਧ 'ਚ ਨਾ ਤਕਰੀਬਨ ਕੋਈ ਚਮਚੇ ਦਾ 8ਵਾਂ ਹਿੱਸਾ ਸੁੰਡ ਦਾ ਪਾ ਕੇ ਤੁਸੀਂ ਪੀਆ ਕਰੋ ਗਰਮ ਦੁੱਧ ਅੰਦਰ। ਇਹ ਤਾਂ ਡਾਕਟਰ ਸਾਹਿਬ ਸੁੰਡ ਮੈਨੂੰ ਪਚਦੀ ਨਹੀਂ ਨਾ, ਇਹ ਤਾਂ ਮੈਨੂੰ ਬਹੁਤ, ਮੇਰਾ ਫਿਰ ਹੋਰ ਵੀ ਦਿਲ ਸੜਦਾ। ਜੇ ਤੁਹਾਨੂੰ ਸੁੰਡ ਨਹੀਂ ਪਚਦੀ ਫਿਰ ਤੁਸੀਂ ਉਸ ਕੇਸ 'ਚ ਸੁੰਡ ਦੀ ਜਗ੍ਹਾ ਦੇ ਉੱਪਰ ਅਜਵਾਇਣ ਯੂਜ਼ ਕਰ ਸਕਦੇ ਹੋ। ਥੋੜ੍ਹੀ ਜਿਹੀ ਅਜਵਾਇਣ ਜਿਹੜੀ ਹੈ ਤੁਸੀਂ ਦੁੱਧ ਦੇ ਅੰਦਰ ਕਾੜ ਲਵੋ, ਤਕਰੀਬਨ ਤੁਸੀਂ ਕਹਿ ਲਓ ਕਿ ਚਮਚੇ ਦਾ ਕੋਈ ਅੱਧਾ ਹਿੱਸਾ ਜਵੈਨ ਨੂੰ ਦੁੱਧ 'ਚ ਕਾੜਨਾ, ਉਹ ਜਵੈਨ ਵਾਲਾ ਦੁੱਧ ਪੀਓ ਤੁਸੀਂ ਫਿਰ। ਓਕੇ, ਜਿਹੜੀ ਜਵੈਨ ਹੈ, ਜਵੈਨ ਤਾਂ ਪਚ ਜਾਂਦੀ ਨਾ ਤੁਹਾਨੂੰ, ਉਹ ਵੀ ਨਹੀਂ ਪਚਦੀ, ਮੈਂ ਗਰਮ ਚੀਜ਼ ਕੋਈ ਨਹੀਂ ਖਾ ਸਕਦੀ ਹੈ। ਫਿਰ ਤੀਜੀ ਚੀਜ਼ ਜੀਰਾ ਪਚ ਜਾਂਦਾ ਵਾ? ਹਾਂਜੀ ਜੀਰਾ, ਜੀਰਾ ਜੀਰਾ ਤਾਂ ਮੈਂ ਅੱਗੇ ਵੀ ਬਹੁਤ ਇਸਤੇਮਾਲ ਕੀਤਾ, ਉਹਦਾ ਪਾਣੀ ਵੀ ਮੈਂ ਪੀ ਕੇ ਪੀਤਾ। ਤੁਸੀਂ ਜੀਰੇ ਦਾ ਪਾਣੀ ਨਹੀਂ ਪੀਣਾ ਜੀ, ਜੀਰੇ ਦੇ ਕੇਸ ਵੀ ਅਗਰ ਤੁਸੀਂ ਜੀਰਾ ਖਾਣਾ ਵਾ, ਜੀਰੇ ਨੂੰ ਪੀਸ ਕੇ ਥੋੜਾ ਸ਼ਹਿਦ ਦੇ ਨਾਲ ਚਟਣਾ ਵਾ ਜੀਰੇ ਨੂੰ, ਫੇਰ ਫਾਇਦਾ ਹੋਣਾ ਵਾ। ਇਸ ਤੋਂ ਇਲਾਵਾ ਸੁੰਡ ਦਹੀਂ ਚ ਪਾ ਕੇ ਵੀ ਜੀਰਾ ਖਾਣੀ ਆ, ਉਹਦੇ ਸੁੰਡ ਤੁਹਾਨੂੰ ਖਾਣ ਚ ਤਾਂ ਨਹੀਂ ਪਚਦੀ, ਲੇਕਿਨ ਸੁੰਡ ਤੁਸੀਂ ਕੋਸ਼ਿਸ਼ ਕਰੋ ਸੁੰਡ ਨੂੰ ਭਿਓ ਕੇ ਥੋੜਾ ਜਿਹਾ ਗਰਮ ਪਾਣੀ ਦੇ ਅੰਦਰ ਉਹਦਾ ਪੇਸਟ ਬਣਾ ਕੇ ਨਾ ਆਪਣੇ ਗੋਡਿਆਂ ਉੱਪਰ ਲਾਓ। ਪਹਿਲੇ ਥੋੜੀ ਜਿਹੀ ਲਾ ਕੇ ਦੇਖਣਾ ਤੁਹਾਨੂੰ ਸੂਟ ਕਰ ਜਾਂਦੀ ਤੁਹਾਡੀ ਸਕਿਨ ਨੂੰ, ਜੇ ਕਰ ਜਾਵੇ ਫਿਰ ਤੁਸੀਂ ਗੋਡਿਆਂ ਦੇ ਉੱਪਰ ਨਾ ਹਫਤੇ 'ਚ 2 ਜਾਂ 3 ਵਾਰੀ ਲਾਣੀ ਸ਼ੁਰੂ ਕਰੋ ਸੁੰਡ। ਠੀਕ ਹੈ। ਇਸ ਤੋਂ ਇਲਾਵਾ ਥਾਈਜ਼ ਦੀਆਂ ਕੁਝ ਐਕਸਰਸਾਈਜ਼ ਮੇਰੇ ਯੂਟਿਊਬ ਚੈਨਲ ਤੇ ਅਵੇਲੇਬਲ ਨੇ, ਬੜੀਆਂ ਈਜ਼ੀ ਐਕਸਰਸਾਈਜ਼ ਨੇ, ਮੈਂ ਚਾਹਾਂਗਾ ਤੁਸੀਂ ਉਹ ਜ਼ਰੂਰ ਕਰੋ। ਉਸ ਤੋਂ ਇਲਾਵਾ ਭੈਣ ਜੀ ਤੁਸੀਂ ਡਾਇਰੈਕਟਲੀ ਆ ਕੇ ਮਿਲ ਕਿਉਂ ਨਹੀਂ ਲੈਂਦੇ? ਨਿਊਯਾਰਕ ਦੇ ਵਿੱਚ ਤੁਸੀਂ ਰਹਿੰਦੇ ਹੋ, ਡਾਕਟਰ ਸਾਹਿਬ ਨੂੰ ਮਿਲੋ, ਬਕਾਇਦਾ ਸੰਡੇ ਨੂੰ ਹਿਕਸਵਿਲ ਦੇ ਵਿੱਚ ਆਯੁਰਵੈਦਿਕ ਸਪਾ ਹੈਗਾ। ਕੋਲ ਹੀ ਅਸੀਂ ਉੱਥੇ ਹੀ ਆ। ਕਿਹੜਾ ਕਿੱਥੇ ਆ ਤੁਸੀਂ? ਇਹ ਜੀ 15 ਤਰੀਕ ਨੂੰ ਆਪਣਾ ਫੈਮਿਨਾ ਆਯੁਰਵੈਦਿਕ ਸਪਾ ਦੇ ਅੰਦਰ ਆਪਾਂ ਇੱਕ ਫ੍ਰੀ ਮੈਡੀਕਲ ਕੈਂਪ ਲਗਾ ਰਹੇ ਹਾਂ, ਤੁਸੀਂ ਉੱਥੇ ਆਓ, ਜ਼ਰੂਰ ਆਓ, ਮੈਂ ਕੋਸ਼ਿਸ਼ ਕਰਾਂਗਾ ਜੋ ਵਧੀਆ ਤੋਂ ਵਧੀਆ ਤੁਹਾਨੂੰ ਦੱਸ ਸਕਾਂ ਜ਼ਰੂਰ ਦੱਸਾਂ ਜੀ ਉੱਥੇ। ਨਿਊਯਾਰਕ ਦੇ ਵਿੱਚ ਰਹਿੰਦੇ ਹੋ ਤਾਂ ਤੁਸੀਂ ਡਾਇਰੈਕਟਲੀ ਮਿਲੋ, ਮੌਕਾ ਹੈ ਤੁਹਾਡੇ ਕੋਲ ਮਿਲਣ ਦਾ ਡਾਕਟਰ ਸਾਹਿਬ ਹੋਰਾਂ ਨੂੰ। ਠੀਕ ਹੈ ਭੈਣ ਜੀ, ਥੈਂਕ ਯੂ, ਮਿਹਰਬਾਨੀ ਤੁਹਾਡੀ। ਹੋਰ ਵੀ ਸਾਡੇ ਨਾਲ ਕਾਲਰਸ ਨੇ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਆਪਣੀ ਗੱਲ ਰੱਖ ਸਕਦੇ ਹੋ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ ਮੈਨੂੰ ਨਾ ਸ਼ੂਗਰ ਹੈ। ਹਾਂਜੀ ਹਾਂਜੀ। ਤੇ ਨਾਲ ਥਾਇਰੋਇਡ ਹੈ ਤੇ ਮੇਰਾ weight lose ਹੋ ਜਾਂਦਾ ਪਿਆ। ਥਾਇਰੋਇਡ 'ਚ ਆਮ ਤੌਰ ਤੇ ਲੋਕਾਂ ਦਾ weight ਵੱਧਦਾ ਹੈ, ਮਤਲਬ ਤੁਹਾਡਾ ਹਾਈਪੋਥਾਇਰੋਇਡਿਜ਼ਮ ਹੈ ਕਿ ਹਾਈਪਰ ਹੈ? ਤੁਹਾਡਾ ਥਾਇਰੋਇਡ ਜਿਹੜਾ ਵਾ ਉਹਦਾ weight ਘਟਣਾ ਥਾਇਰੋਇਡ ਹੈ। ਹਾਂਜੀ ਹਾਈਪੋਥਾਇਰੋਇਡ, ਹਾਈਪੋਥਾਇਰੋਇਡਿਜ਼ਮ ਅੰਦਰ ਆਮ ਤੌਰ ਤੇ ਜਿਹੜਾ weight ਹੈ ਨਾ ਉਹ ਘਟਦਾ ਨਹੀਂ ਹੈਗਾ, ਵੱਧਦਾ ਵਾ। ਤੁਸੀਂ ਚੈੱਕ ਜ਼ਰੂਰ ਕਰਨਾ, ਕਿਤੇ ਇਹ ਨਾ ਹੋਏ ਕਿ ਜਿਹੜੀ ਤੁਸੀਂ ਐਲੋਪੈਥਿਕ ਦਵਾਈ ਖਾ ਰਹੇ ਹੋ ਹਾਈਪੋਥਾਇਰੋਇਡਿਜ਼ਮ ਦੀ, ਉਹਦੀ ਡੋਜ਼ ਤੁਸੀਂ ਵੱਧ ਖਾ ਰਹੇ ਹੋ। ਕਿੰਨੇ ਮਿਲੀਗ੍ਰਾਮ ਦੀ ਖਾ ਰਹੇ ਹੋ ਤੁਸੀਂ? ਮੈਨੂੰ ਉਹਨਾਂ ਨੇ ਪਹਿਲਾਂ ਦਿੱਤੀ ਸੀ 500 ਟੂ ਟਾਈਮ ਮੈਟਫਾਰਮਿਨ ਐਂਡ ਗਲੈਪਾਜ਼ਾਈਡ 10 ਮਿਲੀਗ੍ਰਾਮ। ਠੀਕ ਹੈ। ਤੇ ਹੁਣ ਉਹਨਾਂ ਨੇ 2 ਹੋਰ ਵਧਾਤੀਆਂ ਨੇ ਮੈਟਫਾਰਮਿਨ ਤੇ। ਉਹ ਵਾਕ ਕਿੰਨੀ ਦੇਰ ਕਰਦੇ ਹੋ ਤੁਸੀਂ ਦਿਨ 'ਚ, ਕਿੰਨੀ ਦੇਰ ਚੱਲਦੇ ਹੋ? ਮੈਂ ਅੱਧੇ ਤੋਂ 1.5 ਘੰਟੇ ਰੋਜ਼ ਵਾਕ ਕਰਨੀ, ਯੋਗਾ ਵੀ ਕਰਨੀ ਹੈ। ਬਹੁਤ ਚੰਗਾ, ਇਹਦਾ ਮਤਲਬ ਤੁਸੀਂ ਆਪਣੇ ਵੱਲੋਂ ਕਰਨ ਲਈ ਸਾਰੀਆਂ ਚੀਜ਼ਾਂ ਚੰਗੀਆਂ ਕਰ ਰਹੇ ਹੋ। ਮੈਂ ਸਵੇਰ ਵਾਲੇ ਪ੍ਰੋਗਰਾਮ 'ਚ ਤਾਂ ਇੱਕ ਮੀਚਕਾਂ ਦੱਸੀਆਂ ਸੀ, ਮੀਚਕਾਂ ਕਰੰਜ ਨੂੰ ਕਹਿੰਦੇ ਨੇ, ਬੜੀ ਈਜ਼ੀਲੀ ਅਵੇਲੇਬਲ ਹੁੰਦੀਆਂ ਨੇ। ਤੁਸੀਂ, ਤੁਹਾਡਾ ਨੰਬਰ ਵੀ ਸਾਡੇ ਕੋਲ ਆ ਗਿਆ, ਇਹਦੇ ਉੱਪਰ ਮੈਂ ਉਹਦੀ ਫੋਟੋ ਵੀ ਭਿਜਵਾਵਾਂਗਾ ਤੁਹਾਨੂੰ ਮੀਚਕਾਂ ਦੀ। ਆਪਾਂ ਕੋਸ਼ਿਸ਼ ਕਰਨੀ ਹੈ ਕਿ 5 ਗ੍ਰਾਮ ਮੀਚਕਾਂ ਸਵੇਰੇ ਅਤੇ 5 ਗ੍ਰਾਮ ਮੀਚਕਾਂ ਸ਼ਾਮ। ਕਰੰਜ ਲਿਖ ਲਓ ਤੁਸੀਂ, ਕਰੰਜ ਨੈੱਟ ਉੱਪਰ ਤੁਸੀਂ ਕਰੰਜ ਲਿਖੋਗੇ ਨਾ, ਕਰੰਜ, ਅਤੇ ਤੁਹਾਨੂੰ ਉਹਦੀਆਂ ਫੋਟੋਆਂ ਅਤੇ ਬੋਟੈਨੀਕਲ ਨੇਮ ਨਜ਼ਰ ਆ ਜਾਏਗਾ। ਪੰਜਾਬੀ 'ਚ ਉਹਨਾਂ ਨੂੰ ਮੀਚਕਾਂ ਕਹਿੰਦੇ ਆ। ਹਾਂਜੀ ਹਾਂਜੀ, ਤੁਸੀਂ ਮੀਚਕਾਂ ਸਟਾਰਟ ਕਰ ਲਓ। ਇਹ ਲੈਣੀਆਂ ਸਵੇਰ ਦੇ ਟਾਈਮ, ਸਵੇਰੇ 5 ਗ੍ਰਾਮ ਤੇ ਰਾਤੀ 5 ਗ੍ਰਾਮ ਕੋਸੇ ਪਾਣੀ ਦੇ ਨਾਲ। ਅੱਛਾ ਜੀ। ਅੱਛਾ, ਮੈਨੂੰ ਨਾ ਕਿਸੇ ਨੇ ਨਾ ਇੰਡੀਆ ਤੋਂ ਭੇਜੀ ਆ ਮੈਡੀਸਨ, ਜੀਓ ਡਾਇਫਰੀਨ ਨਹੀਂ, ਉਹ NGO ਵਾਲਿਆਂ ਨੇ। ਠੀਕ ਹੈ ਜੀ। ਤੇ ਉਹ ਕਹਿੰਦੇ 2 ਟਾਈਮ ਪੀਣੀ ਹੈ 2 ਮਿਲੀਗ੍ਰਾਮ, ਮਤਲਬ ਛੋਟਾ ਚਮਚਾ, ਉਹ ਸਵੇਰ ਟਾਈਮ ਮੈਂ ਪੀ ਰਹੀ ਹਾਂ, ਸਵੇਰ ਤੇ ਸ਼ਾਮ ਦੇ ਟਾਈਮ। ਕੋਈ ਹਰਜ ਨਹੀਂ ਹੈ ਜੀ, ਤੁਸੀਂ ਉਹ ਪੀਓ, ਲੇਕਿਨ ਜਿਹੜੀਆਂ ਮੀਚਕਾਂ ਤੁਹਾਨੂੰ ਮੈਂ ਦੱਸ ਰਿਹਾ ਉਹ ਤੁਹਾਡੀ ਸ਼ੂਗਰ ਕੰਟਰੋਲ ਕਰਨ ਵਾਸਤੇ ਨਹੀਂ ਹੈ, ਉਹ ਤੁਹਾਡੀ ਸ਼ੂਗਰ ਨਾਲ ਹੋਣ ਵਾਲੇ ਰੋਗਾਂ ਤੋਂ ਬਚਾਉਣ ਵਾਸਤੇ ਹੈ। ਦੇਖੋ ਸ਼ੂਗਰ ਤਾਂ ਕੰਟਰੋਲ ਹੋ ਜਾਂਦੀ ਹੈ, ਹੋ ਜਾਏਗਾ ਉਹਦੇ ਨਾਲ। ਹਾਂਜੀ, ਉਹਦੇ ਨਾਲ ਤੁਹਾਡਾ ਜਿਹੜਾ ਸ਼ੂਗਰ ਦੇ ਕਰਕੇ ਜਿਹੜੇ ਰੋਗ ਦੂਜੇ ਹੋ ਰਹੇ ਨਾ, ਜਿਹੜੀ ਜ਼ਿੰਦਗੀ 'ਚ ਪ੍ਰੋਬਲਮਸ ਆ ਰਹੀਆਂ ਨੇ ਉਹ ਦੂਰ ਹੋਣਗੀਆਂ। ਮੀਚਕਾਂ ਆਪਾਂ ਉਸ ਕਰਕੇ ਲੈਣੀਆਂ ਨੇ ਕਿਉਂਕਿ ਡਾਇਬਟਿਕ ਨਿਊਰੋਪੈਥੀ, ਨੈਫਰੋਪੈਥੀ ਅਤੇ ਰੈਟੀਨੋਪੈਥੀ, ਇਹ 3 ਚੀਜ਼ਾਂ ਨੇ ਜਿਹੜੀ ਸ਼ੂਗਰ ਸਾਡੇ ਸਰੀਰ 'ਚ ਕਰਦੀ ਹੈ, ਆਪਾਂ ਉਹਨਾਂ ਤੋਂ ਬਚਣਾ ਵਾ। ਮੀਚਕਾਂ ਉਹਨਾਂ ਦੇ ਵਾਸਤੇ ਹੈ ਜੀ, ਉਹ ਤੁਸੀਂ ਜ਼ਰੂਰ ਲਓ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ ਸਲਾਹ ਦਿੰਦੇ ਨੇ ਗਰਮ ਪਾਣੀ ਪੀਣ ਦੀ, ਅਤੇ ਮੈਂ ਫਿਲਹਾਲ ਹਜੇ ਪਾਣੀ ਪੀਣ ਦੇ ਲਈ ਘੁੱਟ ਭਰ ਰਿਹਾ। ਮੈਂ ਬ੍ਰੇਕ ਦੇ ਉੱਤੇ ਜਾ ਰਿਹਾ, ਫਿਰ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਔਰ ਕਰਾਂਗੇ ਡਾਕਟਰ ਸਾਹਿਬ ਦੇ ਨਾਲ ਹੋਰ ਸਵਾਲਾਂ ਦੇ ਉੱਤੇ, ਲਵਾਂਗੇ ਉਹਨਾਂ ਤੋਂ ਜਵਾਬ। ਮਿਲਦੇ ਹਾਂ ਬ੍ਰੇਕ ਤੋਂ ਬਾਅਦ।
ਤੇ ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਡਾਕਟਰ ਨਵਦੀਪ ਸ਼ਰਮਾ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਹਨ ਔਰ ਬਹੁਤ ਵਧੀਆ ਤੁਹਾਨੂੰ ਘਰੇਲੂ ਇਲਾਜ ਦੱਸ ਰਹੇ ਹਨ ਕਿ ਕਿਵੇਂ ਤੁਸੀਂ ਬਿਮਾਰੀਆਂ ਦੇ ਉੱਤੇ ਨਿਜਾਤ ਪਾ ਸਕਦੇ ਹੋ। ਅਤੇ ਜੁਆਇੰਟ ਪੇਨ ਦੀ ਅਸੀਂ ਗੱਲ ਕਰ ਰਹੇ ਹਾਂ ਅਤੇ ਨਾਲੇ ਸਟ੍ਰੈਸ ਜੇਕਰ ਤੁਹਾਡੇ ਜ਼ਹਿਨ ਦੇ ਵਿੱਚ ਹੈਗਾ ਤਾਂ ਉਹਨੂੰ ਕਿਵੇਂ ਬਾਹਰ ਕੱਢਿਆ ਜਾ ਸਕਦਾ। 15 ਤਰੀਕ ਨੂੰ ਜੇਕਰ ਤੁਸੀਂ ਨਿਊਯਾਰਕ ਦਾ ਨਿਊਜਰਸੀ ਦੇ ਵਿੱਚ ਰਹਿੰਦੇ ਹੋ ਤਾਂ ਤੁਸੀਂ ਜਾ ਸਕਦੇ ਹੋ ਜੀ 538B ਸਾਊਥ ਬ੍ਰੌਡਵੇ ਹਿਕਸਵਿਲ ਨਿਊਯਾਰਕ। ਉੱਥੇ ਜਾ ਕੇ ਤੁਸੀਂ ਫੈਮੀਨਾ ਸਪਾ ਹੈਗਾ ਹੈ, ਆਯੁਰਵੈਦਿਕ ਫੈਮੀਨਾ ਸਪਾ, ਉੱਥੇ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ ਡਾਕਟਰ ਸਾਹਿਬ ਹੋਰਾਂ ਨਾਲ। 15th ਨੂੰ ਸੈਟਰਡੇ ਹੈਗਾ, ਮੈਂ ਸੰਡੇ ਕਹਿਤਾ ਸੀਗਾ, ਉਹਦੇ ਲਈ ਮੈਂ ਮਾਫੀ ਚਾਹਾਂਗਾ। ਅਤੇ ਤੁਸੀਂ ਜਾ ਕੇ ਸੈਟਰਡੇ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਤੁਸੀਂ ਡਾਕਟਰ ਸਾਹਿਬ ਨਾਲ ਪਰਸਨਲ ਅਪੁਆਇੰਟਮੈਂਟ ਵੀ ਲੈ ਸਕਦੇ ਹੋ। ਜੇਕਰ ਤੁਸੀਂ ਪਰਸਨਲ ਅਪੁਆਇੰਟਮੈਂਟ ਲੈਣੀ ਹੈ ਤਾਂ ਇਸ ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ 4077770062। ਇਹ ਡਾਕਟਰ ਸਾਹਿਬ ਦਾ ਡਾਇਰੈਕਟ ਸੈੱਲ ਨੰਬਰ ਹੈ ਔਰ ਮੈਂ ਉਹਨਾਂ ਦਰਸ਼ਕਾਂ ਨੂੰ ਵੀ ਦਰਖਾਸਤ ਕਰਾਂਗਾ ਜਿਨ੍ਹਾਂ ਦੀ ਮੈਂ ਕਾਲਸ ਨਹੀਂ ਲੈ ਪਾਵਾਂਗਾ ਇਸ ਸ਼ੋਅ ਦੇ ਦੌਰਾਨ, ਲੇਕਿਨ ਤੁਸੀਂ ਆਪਣੇ ਫੋਨ ਕਾਲਸ ਨੂੰ ਕੱਟਿਓ ਨਾ, ਮੈਂ ਤੁਹਾਡੀ ਡਾਕਟਰ ਸਾਹਿਬ ਹੋਰਾਂ ਨਾਲ ਗੱਲ ਕਰਾਵਾਂਗਾ। ਤੁਸੀਂ ਗੱਲ ਵੀ ਕਰ ਸਕਦੇ ਹੋ ਲੇਕਿਨ ਸ਼ੋਅ ਅਸੀਂ ਔਨ ਏਅਰ ਨਹੀਂ ਹੋਵਾਂਗੇ, ਉਹ ਬ੍ਰੌਡਕਾਸਟ ਨਹੀਂ ਹੋ ਰਿਹਾ ਹੋਵੇਗਾ, ਲੇਕਿਨ ਤੁਸੀਂ ਪਹੁੰਚ ਸਕਦੇ ਹੋ 9 to 5:15 ਸੈਟਰਡੇ ਨੂੰ ਤੁਸੀਂ ਬ੍ਰੌਡਵੇ ਹਿਕਸਵਿਲ ਦੇ ਵਿੱਚ ਆਯੁਰਵੈਦਿਕ ਫੈਮੀਨਾ ਸਪਾ ਦੇ ਵਿੱਚ ਜਾ ਸਕਦੇ ਹੋ। ਬੜੀ ਸਾਰੀ ਕਾਲਸ ਇਸ ਟਾਈਮ ਹੋਲਡ ਦੇ ਉੱਤੇ ਹਨ, ਉਹਨਾਂ ਦਾ ਵੀ ਆਪਾਂ ਕਾਲਸ ਲੈ ਰਹੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਆਪਣੀ ਗੱਲ ਰੱਖ ਸਕਦੇ ਹੋ। ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ ਜੀ? ਹਾਂਜੀ ਹਾਂਜੀ, ਡਾਕਟਰ ਸ਼ਰਮਾ ਨਾਲ ਹੀ ਬੈਠੇ ਨੇ ਜੀ, ਕਿੱਥੋਂ ਬੋਲ ਰਹੇ ਹੋ ਤੁਸੀਂ? ਠੀਕ ਹੈ ਜੀ, ਠੀਕ ਹੈ, ਆਪਣਾ ਸਵਾਲ ਪੁੱਛ ਸਕਦੇ ਹੋ ਤੁਸੀਂ? ਸਾਡਾ ਸਵਾਲ ਇਹ ਹੈ ਜੀ, ਮੈਨੂੰ ਤਕਰੀਬਨ 1 ਸਾਲ ਹੋ ਗਿਆ ਹਿਚਕੀ ਨਹੀਂ ਹਟਦੀ, ਹਿਚਕੀ ਦੂਜਾ ਬਾਜੀ ਵੇਲੇ ਤਾਂ ਗੱਲ ਕਰਦਾ ਤਾਂ ਵੀ ਹਟਕੋੜੇ ਜਿਹੇ ਆਉਂਦੇ ਰਹਿੰਦੇ ਆ ਜੀ, ਦਵਾਈ ਨਹੀਂ ਖਾਧੀ, ਕੋਈ ਫਰਕ ਨਹੀਂ ਪਿਆ। ਦੇਖੋ ਜਨਰਲੀ ਜਦੋਂ ਸਾਨੂੰ ਹਿਚਕੀ ਆਉਂਦੀ ਹੈ ਹੁੰਦੀ ਉਹ ਡਾਈਜੈਸਟਿਵ ਸਿਸਟਮ ਦੀ ਪ੍ਰੋਬਲਮ ਦੇ ਕਰਕੇ ਹੀ ਹੈ। ਤੁਸੀਂ ਹਿਚਕੀ ਵਾਸਤੇ ਬੈਸਟ ਹੁੰਦਾ ਜੀ ਲੌਂਗ, ਲੌਂਗ ਤੁਸੀਂ ਕਿਤੇ ਕੋਸ਼ਿਸ਼ ਕਰਨੀ ਹੈ ਕਿ ਦਿਨ 'ਚ 3 to 4 ਵਾਰੀ ਲੌਂਗ ਜ਼ਰੂਰ ਲੈਣਾ ਵਾ, ਤਾਂ ਇੱਕ ਚੀਜ਼ ਕਰਨੀ ਹੈ ਤੁਸੀਂ। ਦੂਸਰੀ ਚੀਜ਼ ਤੁਸੀਂ ਇਹ ਕਰਨੀ ਹੈ ਕਿ ਜਿਹੜਾ ਤੁਹਾਡਾ ਖਾਣਾ ਵਾ ਨਾ ਜੀ, ਖਾਣੇ ਦੇ ਅੰਦਰ ਤੁਸੀਂ ਥੋੜ੍ਹਾ ਜਿਹਾ ਬੇਕਿੰਗ ਪਾਊਡਰ ਐਡ ਕਰਨਾ ਸ਼ੁਰੂ ਕਰਨਾ। ਜਦੋਂ ਸਬਜ਼ੀ ਖਾਣੀ ਹੈ ਨਾ, ਮਿੱਠਾ ਸੋਡਾ ਪਾਉਣਾ ਥੋੜ੍ਹਾ ਜਿਹਾ ਉਹਦੇ 'ਚ, ਥੋੜ੍ਹਾ ਜਿਹਾ ਸਵੇਰੇ, ਥੋੜ੍ਹਾ ਜਿਹਾ ਸ਼ਾਮੀ। ਤੀਜੀ ਚੀਜ਼ ਜਿਹੜੀ ਤੁਸੀਂ ਘਰ 'ਚ ਕਰ ਸਕਦੇ ਹੋ, ਮੋਰ ਦਾ ਪੰਖ ਤੁਹਾਨੂੰ ਇੱਥੇ ਮਿਲ ਜਾਏਗਾ, ਪੰਖ ਮੋਰ ਦਾ ਜਿਹੜਾ ਹੁੰਦਾ ਵਾ, ਮੋਰ ਦੇ ਪੰਖ ਦੇ ਅੰਦਰੋਂ ਜਿਹੜਾ ਨੀਲੇ ਰੰਗ ਦਾ ਹਿੱਸਾ ਨਾ ਮੋਰ ਦੇ ਪੰਖ ਦਾ ਨੀਲਾ ਹਿੱਸਾ, ਉਸ ਨੀਲੇ ਹਿੱਸੇ ਨੂੰ ਵੱਖਰਾ ਕੱਟ ਲਵੋ, ਉਸ ਨੂੰ ਤੁਸੀਂ ਤਵੇ ਦੇ ਉੱਪਰ ਨਾ ਸੇਕ ਲੈਣਾ ਵਾ, ਉਹ ਹੌਲੀ ਜਿਹਾ ਐਸ਼ ਬਣ ਜਾਏਗੀ ਉਹਦੀ, ਉਹ ਜਿਹੜੀ ਉਹਦੀ ਐਸ਼ ਭਸਮ ਬਣ ਜਾਂਦੀ ਨਾ ਉਹਦੀ, ਉਹ ਤੁਸੀਂ ਥੋੜ੍ਹੀ ਜਿਹੀ ਸਵੇਰੇ ਚਟਨੀ ਹੈ ਸ਼ਹਿਦ ਦੇ ਨਾਲ, ਤਾਂ ਥੋੜ੍ਹੀ ਜਿਹੀ ਸ਼ਾਮੀ ਚਟਨੀ ਹੈ ਸ਼ਹਿਦ ਦੇ ਨਾਲ, ਥੋੜ੍ਹੀ ਜਿਹੀ ਤੋਂ ਮੇਰਾ ਮਤਲਬ ਹੈ ਚਮਚੇ ਦਾ ਕੋਈ 10ਵਾਂ ਹਿੱਸਾ। ਠੀਕ ਹੈ, ਇਹ ਚੀਜ਼ਾਂ ਤੁਸੀਂ ਕਰੋ, ਤੁਹਾਨੂੰ ਇਹਦੇ ਨਾਲ ਹਿਚਕੀ 'ਚ ਕਾਫੀ ਫਾਇਦਾ ਮਿਲੇਗਾ ਜੀ। ਹਾਂਜੀ, ਬੇਕਿੰਗ ਪਾਊਡਰ ਜੀ। ਮਿਹਰਬਾਨੀ, ਹੋਰ ਵੀ ਸਾਡੇ ਨਾਲ ਕਾਲਰਸ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਆਪਣੀ ਗੱਲ ਰੱਖ ਸਕਦੇ ਹੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੁਸੀਂ? ਮੈਂ ਅਰਾਧਨਾ ਬੋਲ ਰਹੀ ਹਾਂ, ਕੈਲੀਫੋਰਨੀਆ ਤੋਂ। ਹਾਂਜੀ ਅਰਾਧਨਾ ਜੀ, ਤੁਸੀਂ ਕੀ ਸਵਾਲ ਪੁੱਛਣਾ ਚਾਹੋਗੇ ਡਾਕਟਰ ਸਾਹਿਬ ਹੋਰਾਂ ਨਾਲ? ਹਾਂਜੀ, ਮੇਰੇ ਹਸਬੈਂਡ ਨੂੰ ਰਿਊਮੇਟਾਇਡ ਆਰਥਰਾਈਟਿਸ 4-5 ਸਾਲ ਪਹਿਲੇ ਡਾਇਗਨੋਸ ਹੋਇਆ ਥਾ, ਤੋ ਉਨਕੀ ਐਂਕਲ ਮੇਂ ਬਹੁਤ ਜ਼ਿਆਦਾ ਪੇਨ ਹੈ, ਐਂਡ ਹੀ ਕੈਂਟ ਈਵਨ ਵਾਕ ਸਟ੍ਰੇਟ, ਕਿ ਲਿੰਪ ਕਰਕੇ ਚਲਤੇ ਹੈ, ਔਰ ਐਂਕਲ ਮੇਂ ਸਵੈਲਿੰਗ ਵੀ ਹੈ ਔਰ ਪੇਨ ਵੀ ਬਹੁਤ ਹੈ। ਅਰਾਧਨਾ ਜੀ, ਦੋ ਚੀਜ਼ਾਂ ਇੱਥੇ ਆਪਾਂ ਕਰਾਂਗੇ। ਇੱਕ ਰਿਊਮੇਟਾਇਡ ਆਰਥਰਾਈਟਿਸ, ਜਿਹੜਾ ਕਿ ਅੰਡਰਲਾਈਨ ਕੌਜ਼ ਹੈ ਉਹਨਾਂ ਦੀ ਪੇਨ ਦਾ, ਉਸ ਆਰਥਰਾਈਟਿਸ ਨੂੰ ਕਵਰ ਕਰਨਾ, ਕਿਉਂਕਿ ਅਗਰ ਆਪਾਂ ਰੀਜ਼ਨ ਕਵਰ ਨਹੀਂ ਕਰਦੇ, ਅੱਜ ਉਹਨੇ ਐਂਕਲ ਨੂੰ ਪ੍ਰੋਬਲਮ ਕੀਤੀ ਹੈ, ਕੱਲ੍ਹ ਨੂੰ ਇਟ ਕੈਨ ਹਾਰਮ ਔਰ ਡੈਮੇਜ ਸਮ ਅਦਰ ਜੁਆਇੰਟ ਆਫ ਦਾ ਬੋਡੀ, ਅਤੇ ਦੂਸਰਾ ਜਿਹੜਾ ਐਂਕਲ ਜੁਆਇੰਟ ਜਿਹਨੂੰ ਕਿ ਉਹ ਡਿਫੋਰਮਿਟੀ ਲਿਆ ਚੁੱਕਾ ਹੈ, ਉਹਨੂੰ ਰਿਕਵਰ ਕਰਵਾਉਣਾ। ਹੁਣ ਰਿਊਮੇਟਾਇਡ ਆਰਥਰਾਈਟਿਸ ਦੀ ਪਹਿਲੇ ਗੱਲ ਕਰਦੇ ਹਾਂ, ਰਿਊਮੇਟਾਇਡ ਆਰਥਰਾਈਟਿਸ ਨੂੰ ਆਯੁਰਵੇਦ 'ਚ ਆਮ ਵਾਤ ਕਿਹਾ ਜਾਂਦਾ ਹੈ। ਆਮ ਵਾਤ, ਆਮ ਮਤਲਬ ਅਨਡਾਈਜੈਸ਼ਨ ਕਰਕੇ ਹੋਣ ਵਾਲਾ ਡਿਜ਼ੀਜ਼, ਇਹਦੇ 'ਚ ਤੁਸੀਂ ਉਹਨਾਂ ਦੀ ਡਾਈਜੈਸ਼ਨ ਇੰਪਰੂਵ ਕਰਵਾਉਣੀ ਹੈ, ਜਿਹਦੇ 'ਚ ਸਭ ਤੋਂ ਚੰਗਾ ਤਰੀਕਾ ਮੈਂ ਦੱਸਦਾ ਨਵਾਂ, ਤ੍ਰਿਕਟੂ। ਤ੍ਰਿਕਟੂ ਕਹਿੰਦੇ ਆ ਸ਼ੁੰਠੀ, ਮਰੀਚ ਅਤੇ ਪਿਪਲੀ, ਮਗਾਂ, ਬਲੈਕ ਪੈਪਰ ਅਤੇ ਸੁੰਢ, ਜਿਹਨੂੰ ਡਰਾਈ ਜਿੰਜਰ ਆਪਾਂ ਕਹਿੰਦੇ ਹਾਂ, ਇਹਨਾਂ ਤਿੰਨਾਂ ਨੂੰ ਤੁਸੀਂ ਬਰਾਬਰ ਕੁਆਂਟਿਟੀ 'ਚ ਲੈ ਕੇ ਪੀਸ ਲਵੋ। ਪੀਸ ਕੇ ਤਕਰੀਬਨ ਚਮਚੇ ਦਾ ਚੌਥਾ ਹਿੱਸਾ ਤੁਸੀਂ ਸਵੇਰੇ ਗਰਮ ਦੁੱਧ ਦੇ ਨਾਲ ਜਾਂ ਗਰਮ ਪਾਣੀ ਨਾਲ, ਅਤੇ ਸ਼ਾਮੀ ਗਰਮ ਦੁੱਧ ਜਾਂ ਗਰਮ ਪਾਣੀ ਨਾਲ ਦੇਣਾ ਵਾ। ਇੱਕ ਤਾਂ ਤੁਸੀਂ ਇਹ ਸਟਾਰਟ ਕਰਵਾਉਣਾ ਉਹਨਾਂ ਨੂੰ, ਦਿਸ ਇਜ਼ ਗੁੱਡ, ਬਲੈਕ ਪੈਪਰ, ਸੁੰਢ ਅਤੇ ਤੀਜੀ ਚੀਜ਼ ਮਗਾਂ, ਪਾਈਪਰ ਲੌਂਗਮ, ਮਗਾਂ ਕਹਿੰਦੇ ਹਾਂ ਜਿਹਨੂੰ, ਇਹ ਤਿੰਨ ਚੀਜ਼ਾਂ ਤੁਸੀਂ ਮਿਕਸ ਕਰਨੀਆਂ ਨੇ ਜੀ। ਔਰ ਇਹਦੇ ਨਾਲ ਕੀ ਹੋਏਗਾ ਕਿ ਉਹਨਾਂ ਦਾ ਆਰ ਏ ਫੈਕਟਰ ਅਗਰ ਤੁਸੀਂ ਚੈੱਕ ਕਰਾਓਗੇ ਨਾ, ਉਹਦੀ ਟਾਈਟਰ ਵੈਲਿਊ ਘੱਟਦੀ ਚਲੀ ਜਾਏਗੀ। ਇਹ ਤਾਂ ਹੋ ਗਿਆ ਉਹਨਾਂ ਦੇ ਡਿਜ਼ੀਜ਼ ਵਾਸਤੇ, ਅਗਰ ਤੁਹਾਨੂੰ ਲੱਗੇ ਤਾਂ ਇਹਦੇ ਵਾਸਤੇ ਮਤਲਬ ਮੈਡੀਸਿਨਸ ਆਰ ਆਲਸੋ ਅਵੇਲੇਬਲ ਫੋਰ ਇਟ, ਅਗਰ ਉਹ ਬਹੁਤ ਤੰਗ ਨੇ, ਲੇਕਿਨ ਪਹਿਲੇ ਤੁਸੀਂ ਇਹ ਨੈਚੁਰਲ ਚੀਜ਼ ਕਰਕੇ ਦੇਖੋ।
ਔਰ ਐਸ ਫਾਰ ਐਸ ਦਾ ਐਗਜੈਕਟ ਐਂਕਲ ਇਜ਼ ਕੰਸਰਨ, ਉਹਦੇ ਵਾਸਤੇ ਤੁਸੀਂ ਕੀ ਕਰਨਾ ਵਾ ਕਿ ਜਿੰਜਰ ਦੀ ਪੇਸਟ ਬਣਾਉਣੀ ਹੈ, ਡਰਾਈ ਜਿੰਜਰ ਪਾਊਡਰ ਨੂੰ ਲਵੋ, ਡਰਾਈ ਜਿੰਜਰ ਪਾਊਡਰ ਦੇ ਅੰਦਰ ਥੋੜ੍ਹਾ ਕੋਸਾ ਪਾਣੀ ਮਿਕਸ ਕਰੋ, ਜਾਂ ਤੁਸੀਂ ਥੋੜ੍ਹਾ ਪਾਕਿਸਤਾਨੀ ਨਮਕ ਜਿਹੜਾ ਕਾਲਾ ਨਮਕ ਜਿਹਨੂੰ ਆਪਾਂ ਕਹਿੰਦੇ ਉਹ ਮਿਕਸ ਕਰ ਸਕਦੇ ਹੋ, ਉਹਦਾ ਪੇਸਟ ਬਣਾ ਕੇ ਕਰੀਬਨ 1 ਘੰਟੇ ਵਾਸਤੇ ਤੁਸੀਂ ਲਗਾਓ ਡੇਲੀ। ਸੈਂਸਿਟੀਵਿਟੀ ਚੈੱਕ ਕਰ ਲੈਣਾ ਕਿ ਉਹਨਾਂ ਦੀ ਸਕਿਨ ਬਹੁਤ ਸੈਂਸਿਟਿਵ ਨਾ ਹੋਏ, ਉਹਨੂੰ ਸਹਿ ਸਕਣ, ਅਤੇ ਇਟ ਵਿਲ ਗਿਵ ਹਿਮ ਵੈਰੀ ਗੁੱਡ ਰਿਕਵਰੀ ਯੂਨਿਟ। ਗਰਮ ਤੁਸੀਂ ਨਹੀਂ ਕਰਨਾ, ਉਹਨੂੰ ਕੋਸੇ ਪਾਣੀ 'ਚ ਲਗਾਉਣਾ। ਅਗਰ ਤੁਸੀਂ ਹੋਰ ਬੈਟਰਮੈਂਟ ਚਾਹੁੰਦੇ ਹੋ, ਉਹਦੇ ਨਾਲ ਤੁਸੀਂ ਅਜਵਾਇਣ ਦੀ ਇੱਕ ਪੋਟਲੀ ਬਣਾ ਸਕਦੇ ਹੋ, ਥੋੜ੍ਹੀ ਅਜਵਾਇਣ ਲੈ ਕੇ ਕੱਪੜੇ 'ਚ ਬੰਨ ਲਵੋ, ਉਹਦੀ ਸਿਕਾਈ ਤੁਸੀਂ ਉਹਦੇ ਉੱਪਰੋਂ ਕਰ ਦਿਓ, ਦੈਨ ਯੂ ਵਿਲ ਗੈਟ ਵੈਰੀ ਕੁਇਕ ਰਿਕਵਰੀ। ਠੀਕ ਹੈ ਜੀ, ਠੀਕ ਹੈ ਜੀ, ਇਹ ਤੁਸੀਂ ਕਰੋ। ਹਾਂਜੀ, ਓਕੇ ਜੀ, ਓਕੇ ਜੀ, ਸਤਿ ਸ਼੍ਰੀ ਅਕਾਲ ਜੀ। ਮਿਹਰਬਾਨੀ ਜੀ, ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ। ਹਾਂਜੀ, ਅਸੀਂ ਮਿਸਿਸਿਪੀ ਤੋਂ ਬੋਲਦੇ ਪਏ ਨੇ। ਹਾਂਜੀ, ਕਿੱਥੋਂ ਬੋਲ ਰਹੇ ਹੋ ਤੁਸੀਂ? ਮਿਸਿਸਿਪੀ ਤੋਂ। ਮਿਸਿਸਿਪੀ ਤੋਂ? ਹਾਂਜੀ, ਆਪਣਾ ਸਵਾਲ ਪੁੱਛ ਸਕਦੇ ਹੋ ਤੁਸੀਂ ਡਾਕਟਰ ਸਾਹਿਬ ਹੋਰਾਂ ਨਾਲ? ਹਾਂਜੀ, ਮੇਰੀ ਏਜ 36 ਹੈ ਤੇ ਮੈਨੂੰ ਇਹੀ ਪ੍ਰੋਬਲਮ ਹੈ ਕਿ ਮੇਰਾ weight ਬਹੁਤ ਵੱਧ ਰਿਹਾ। ਓਕੇ, ਤੁਹਾਡਾ ਜਿਹੜਾ weight ਵੱਧ ਰਿਹਾ ਵੈ, ਕੀ ਤੁਹਾਨੂੰ ਲੱਗਦਾ ਵੈ ਕਿ ਡਾਈਟ ਵੀ ਤੁਸੀਂ ਕੋਈ ਗਲਤ ਖਾ ਰਹੇ ਹੋ ਉਸ ਕਰਕੇ ਵੱਧ ਰਿਹਾ, ਕਿ ਤੁਸੀਂ ਡਾਈਟ ਬਿਲਕੁਲ ਨੋਰਮਲ ਖਾ ਰਹੇ ਹੋ ਫਿਰ ਵੀ weight ਵਧੀ ਜਾ ਰਿਹਾ ਵੈ? ਦੇਖੋ, ਆਯੁਰਵੇਦ ਦੇ ਹਿਸਾਬ ਨਾਲ ਚੱਲੀਏ ਤੇ ਆਯੁਰਵੇਦ ਨਾ 7 ਧਾਤੂਆਂ ਮੰਨਦਾ ਵਾ, ਰਸ, ਰਕਤ, ਮਾਸ, ਮੇਦ, ਅਸਥੀ, ਮੱਜਾ ਤੇ ਸ਼ੁਕਰ। ਇਹ ਮੰਨਿਆ ਜਾਂਦਾ ਵਾ ਕਿ ਇੱਕ ਧਾਤੂ ਆਪਣੀ ਦੂਜੀ ਧਾਤੂ ਨੂੰ ਪੋਸ਼ਣ ਪ੍ਰੋਵਾਈਡ ਕਰਦੀ ਹੈ। ਜਿਹੜੀ ਮੇਦ ਧਾਤੂ ਹੈ, ਦੈਟ ਇਜ਼ ਕੰਪੇਰੇਬਲ ਟੂ ਦਾ ਬੋਡੀ ਵੇਟ। ਬੜੀ ਵਾਰੀ ਕੀ ਹੁੰਦਾ ਵਾ ਕਿ ਮੇਦ ਧਾਤੂ ਤੋਂ ਅੱਗੇ ਦੇ ਜਿਹੜੇ ਮਾਈਕਰੋ ਚੈਨਲਸ ਨੇ, ਦੇ ਬਿਕਮ ਬਲੋਕ ਡਿਊ ਟੂ ਫੋਲਟੀ ਲਾਈਫ ਸਟਾਈਲ, ਔਰ ਉਸ ਸਟੇਜ 'ਤੇ ਬੰਦਾ ਜੋ ਮਰਜ਼ੀ ਖਾਏ, ਭਾਵੇਂ ਇੱਕ ਰੋਟੀ ਵੀ ਖਾਏ, ਉਹਦੇ ਭਾਰ ਨੂੰ ਲੱਗਣਾ ਸ਼ੁਰੂ ਹੋ ਜਾਂਦਾ ਵਾ। ਬੜਾ ਜ਼ਰੂਰੀ ਹੁੰਦਾ ਉਸ ਸਟੇਜ ਦੇ ਉੱਪਰ ਉਹਨਾਂ ਮਾਈਕਰੋ ਚੈਨਲਸ ਨੂੰ ਪਿਓਰੀਫਾਈ ਕਰਨਾ, ਜਿਹਦੇ ਵਾਸਤੇ 2-3 ਤਰੀਕੇ ਤੁਹਾਨੂੰ ਦੱਸਾਂਗਾ। ਪਹਿਲਾ ਇਸ ਕਪਾਲ ਭਾਤੀ, ਕਪਾਲ ਭਾਤੀ ਮੇਰੇ ਯੂਟਿਊਬ ਚੈਨਲ 'ਤੇ ਵੀ ਅਵੇਲੇਬਲ ਹੈ, ਕਿਸ ਤਰ੍ਹਾਂ ਕਰੀ ਦੀ ਹੈ, ਅਦਰਵਾਈਜ਼ ਵੀ ਨੈੱਟ 'ਤੇ ਅਵੇਲੇਬਲ ਹੈ। ਇੱਕ ਤਾਂ ਤੁਸੀਂ ਕਪਾਲ ਭਾਤੀ ਕਰਨੀ ਸ਼ੁਰੂ ਕਰਨੀ ਹੈ। ਸੈਕਿੰਡ ਥਿੰਗ ਇਜ਼ ਗਰਮ ਵਾਟਰ, ਮੈਂ ਉਹਨੇ ਪ੍ਰੋਗਰਾਮ 'ਚ ਵਾਰਮ ਵਾਟਰ ਕਰ ਰਿਹਾ ਸੀ, ਲੇਕਿਨ ਤੁਹਾਡੇ ਵਰਗੇ ਮਰੀਜ਼ ਵਾਸਤੇ ਗਰਮ ਪਾਣੀ ਚਾਹੀਦਾ ਵਾ, ਜਿਸ ਤਰ੍ਹਾਂ ਚਾਹ ਗਰਮ ਹੁੰਦੀ ਹੈ ਉਸ ਤਰ੍ਹਾਂ ਤੁਸੀਂ ਸਿਪ ਕਰ ਕਰਕੇ ਪਾਣੀ ਪੀਣਾ ਵੈ, ਵਾਰਮ ਵਾਟਰ। ਥਰਡ ਆ ਜਾਂਦਾ ਜੀ ਕਲੌਂਜੀ, ਜਿਹਨੂੰ ਆਪਾਂ ਪਿਆਜ ਦੇ ਬੀਜ ਕਹਿੰਦੇ ਹਾਂ। ਪਿਆਜ ਦੇ ਬੀਜ ਦੇ ਆਰ ਈਜ਼ਲੀ ਅਵੇਲੇਬਲ ਇਨ ਦਾ ਮਾਰਕੀਟ। ਉਹਦਾ ਇੱਕ ਬੜਾ ਖਾਸੀਅਤ ਹੈ ਵੈ ਕਿ ਜਿਹੜੀ ਕਲੌਂਜੀ ਹੈ, ਇਟ ਇਨਕਰੀਜ਼ਿਸ ਦਾ ਬੇਸਲ ਮੈਟਾਬੋਲਿਕ ਰੇਟ ਆਫ ਆਰ ਬੋਡੀ, ਤਾਂ ਕਿ ਤੁਹਾਡੀ ਬੋਡੀ ਵੱਧ ਐਨਰਜੀ ਨੂੰ ਯੂਜ਼ ਕਰੇ, ਤੁਹਾਡੇ ਸਰੀਰ 'ਚ ਜਿਹੜੀ ਜਾਨ ਜ਼ਿਆਦਾ ਫੀਲ ਹੋਏ, ਅਤੇ ਨਾਲ ਦੇ ਨਾਲ ਤੁਹਾਡਾ ਫੈਟ ਵੀ ਬਰਨ ਹੋਏ। ਐਂਡ ਲਾਸਟ ਬਟ ਨੋਟ ਦਾ ਲੀਸਟ ਇਜ਼ ਅ ਹਾਰਡ ਮਸਾਜ ਆਫ ਸੀਸਮ ਓਇਲ, ਤਿਲ ਦੇ ਤੇਲ ਨੂੰ ਕੋਸਾ ਕਰਕੇ ਤੁਸੀਂ ਸਕਿਨ ਫੜ ਫੜ ਕੇ ਆਪਣੇ ਆਪ ਆਪਣੀ ਮਸਾਜ ਕਰਨੀ ਹੈ। ਉਹਦੇ 'ਚ ਸਕਿਨ ਨੂੰ ਹੋਲਡ ਕਰਨਾ ਹੁੰਦਾ ਜੀ, ਇਸ ਤਰ੍ਹਾਂ ਦੇਖੋ, ਇਹ ਸਕਿਨ ਨੂੰ ਇਸ ਤਰ੍ਹਾਂ ਹੋਲਡ ਕਰੀਦਾ ਵਾ, ਤਾਂ ਕਿ ਜਿਹੜਾ ਅੰਡਰਲਾਈਨ ਫੈਟ ਹੈ ਉਹ ਅੰਡਰਲਾਈਨ ਫੈਟ ਥੋੜ੍ਹਾ ਲੂਜ਼ਨ ਅਪ ਹੋ ਸਕੇ। ਇਹ ਚੀਜ਼ਾਂ ਤੁਸੀਂ ਕਰੋ, ਤੁਹਾਨੂੰ ਡੈਫੀਨੇਟਲੀ ਫਾਇਦਾ ਮਿਲੇਗਾ ਜੀ। ਅਤੇ ਨਾਲੀ ਜਿੱਥੇ 15th ਨੂੰ ਪ੍ਰੋਗਰਾਮ ਹੈਗਾ ਹਿਕਸਵਿਲ ਦੇ ਵਿੱਚ, ਜਿਸ ਆਯੁਰਵੈਦਿਕ ਸਪਾ ਦੇ ਵਿੱਚ ਅਸੀਂ ਗੱਲ ਕਰ ਰਹੇ ਹੈਗੇ ਹਾਂ, ਜੋਤੀ ਉਹਨਾਂ ਦੇ ਓਨਰ ਸਾਡੇ ਨਾਲ ਇਸ ਟਾਈਮ ਫੋਨ ਲਾਈਨ ਦੇ ਉੱਤੇ ਮੌਜੂਦ ਨੇ। ਜੋਤੀ, ਕੀ ਕੁਝ ਸੁਨੇਹਾ ਦੇਣਾ ਚਾਹੋਗੇ ਦਰਸ਼ਕਾਂ ਨੂੰ? ਹਰਕਿਰਤ, ਮੈਂ ਸਭ ਕੋ ਇਹ ਬੋਲਣਾ ਚਾਹੂੰਗੀ ਕਿ 15 ਹੈਲੋ ਹੈਲੋ ਜੀ 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 ਮੈਂ ਸਾਰੇ ਦਰਸ਼ਕੋ ਕੋ ਇਹ ਬੋਲਣਾ ਚਾਹੂੰਗੀ ਕਿ ਡਾਕਟਰ ਸਾਹਿਬ ਹਮਾਰੇ ਪਾਸ 9-5 ਹੈ ਯਹਾਂ ਪੇ, ਔਰ ਜਿਸਕੋ ਵੀ ਅਪਾਇੰਟਮੈਂਟ ਬੁੱਕ ਕਰਨੀ ਹੈ ਜੋ ਸਕਰੀਨ ਪੇ ਨੰਬਰ ਦਿਖਾਇਆ ਜਾ ਰਹਾ ਹੈ ਉਸਸੇ ਵੀ ਕਰ ਸਕਤੇ ਹੈ ਵੋ, ਔਰ ਡਾਇਰੈਕਟਲੀ ਵੀ ਸੈਮਿਨਾਰ ਆਯੁਰਵੇਦਾ ਪੇ ਫੋਨ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰ ਸਕਤੇ ਹੈ, ਕਿਉਂਕਿ ਉਸ ਦਿਨ ਹਮਾਰਾ ਬਹੁਤ ਬਿਜ਼ੀ ਸ਼ਡਿਊਲ ਹੈ ਔਰ ਬਹੁਤ ਸਾਰੀ ਕਾਲਸ ਆ ਰਹੀ ਹੈ ਡਾਕਟਰ ਸਾਹਿਬ ਕੇ ਲੀਏ, ਔਰ ਵਹਾਂ ਪੇ ਸਭ ਲੋਗੋਂ ਕੋ ਫ੍ਰੀ ਕੰਸਲਟੇਸ਼ਨ ਹਮ ਲੋਗ ਦੇ ਰਹੇ ਹੈ ਉਸਤੇ। ਥੈਂਕ ਯੂ ਜੋਤੀ, ਥੈਂਕ ਯੂ। ਤੇ ਜੋਤੀ ਦੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਇਹਨਾਂ ਦੇ ਆਯੁਰਵੈਦਿਕ ਸਪਾ ਦੇ ਉੱਤੇ, ਬ੍ਰੌਡਵੇ ਦੇ ਉੱਤੇ ਹਿਕਸਵਿਲ ਦੇ ਵਿੱਚ ਬਹੁਤ ਸੋਹਣਾ ਕੰਮ ਕਰ ਰਹੇ ਨੇ, ਔਰ ਡਾਕਟਰ ਸਾਹਿਬ ਵੀ ਉੱਥੇ ਮੌਜੂਦ ਹੋਣਗੇ। ਜਿਹੜੇ ਪੇਸ਼ੈਂਟਸ ਆਲਰੇਡੀ ਆਪਣੇ ਅਪੁਆਇੰਟਮੈਂਟ ਲੈ ਕੇ ਉੱਥੇ ਪਹੁੰਚ ਰਹੇ ਨੇ, ਉਹਨਾਂ ਨਾਲ ਵੀ ਮੁਲਾਕਾਤ ਹੋਏਗੀ। ਜੇਕਰ ਤੁਸੀਂ ਵੀ ਅਪੁਆਇੰਟਮੈਂਟ ਲੈ ਕੇ ਪਰਸਨਲੀ ਮਿਲਣਾ ਚਾਹੁੰਦੇ ਹੋ, ਤਾਂ ਤੁਸੀਂ ਆਯੁਰਵੈਦਿਕ ਫੈਮੀਨਾ ਸਪਾ ਜੋਤੀ ਹੋਰਾਂ ਨਾਲ ਰਾਬਤਾ ਕਾਇਮ ਕਰ ਸਕਦੇ ਹੋ, ਉੱਥੇ ਪਹੁੰਚ ਸਕਦੇ ਹੋ। ਡਾਕਟਰ ਸਾਹਿਬ ਨਾਲ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ 4077-00062 ਦੇ ਉੱਤੇ, ਜਾਂ ਫਿਰ ਤੁਸੀਂ ਕਾਲ ਕਰ ਸਕਦੇ ਹੋ ਆਯੁਰਵੈਦਿਕ ਸਪਾ ਦੇ ਵਿੱਚ, ਜਿਹਦਾ ਨੰਬਰ ਹੈ 5166-22-4777। ਯਾਨੀ ਕਿ ਮੈਂ ਮੁੜ ਤੋਂ ਦੁਬਾਰਾ ਰਿਪੀਟ ਕਰ ਦੇਣਾ, 5166-22-4777। ਇਸ ਉੱਤੇ ਵੀ ਤੁਸੀਂ ਕਾਲ ਕਰਕੇ ਜੋਤੀ ਹੋਰਾਂ ਨਾਲ ਰਾਬਤਾ ਕਾਇਮ ਕਰ ਸਕਦੇ ਹੋ, ਔਰ ਉੱਥੇ 15 ਤਰੀਕ ਨੂੰ ਮੌਜੂਦ ਹੋਣਗੇ ਖੁਦ ਆਪ ਡਾਕਟਰ ਨਵਦੀਪ ਸ਼ਰਮਾ, ਔਰ ਘਰੇਲੂ ਇਲਾਜ ਜਿਹੜੇ ਤੁਹਾਨੂੰ ਅੱਜ ਟੀ ਵੀ ਦੇ ਉੱਤੇ ਦੱਸੇ ਹਨ, ਉਹ ਤੁਹਾਨੂੰ ਪਰਸਨਲੀ ਮਿਲ ਕੇ ਵੀ
दस सकते हैं, लेकिन तुहानू पहुँचना होएगा हिक्सविल दे विच 15 तरीक नू। फिलहाल मैं अपने दर्शकों को दरख्वास्त करांगा कि तुसी अपने फोन कॉल्स नू ना कटियो, मैं इजाजत तुहाडे तो लै रहा, लेकिन मैं तुहाडी गल जरूर करावांगा डॉक्टर साहब होरां दे नाल। फिलहाल अज दे इस स्पैशल पेशकश दे विच मैनू हरकीरत सिंह आलूवालिया, मेरे नाल मौजूद डॉक्टर नवदीप शर्मा होरां नू दवो इजाजत। धन्नवाद, सत श्री अकाल।